ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਮਿਸ਼ਨ 2019 ਦੇ ਲਈ ਸਿਆਸਤ ਪੱਕੀ ਹੋਈ ਹੈ ਅਤੇ ਸਿਆਸਤ ਦੇ ਵਿਚਾਲੇ ਗੱਠਜੋੜ ਦੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਤੇਜ਼ ਹੁੰਦੀਆਂ, ਕਦੇ ਗੱਠਜੋੜ ਨੂੰ ਨਾ ਕੀਤੀ ਜਾਂਦੀ ਹੈ, ਕਦੇ ਗੱਠਜੋੜ ਲਈ ਸੀਟਾਂ ਛੱਡ ਦਿੱਤੀਆਂ ਜਾਂਦੀਆਂ ਹੈਗੀਆਂ। ਇਹ ਇਕੱਲੇ ਪੰਜਾਬ ਦਾ ਹਾਲ ਨਹੀਂ ਗਾ, ਇਕੱਲੇ ਦਿੱਲੀ ਦਾ ਹਾਲ ਨਹੀਂ ਗਾ, ਇਹ ਪੂਰੇ ਦੇਸ਼ ਭਰ ਦਾ ਇਹੋ ਜਿਹਾ ਹਾਲ ਹੈਗਾ ਜਿੱਥੇ ਜਿੱਥੇ ਗੱਠਜੋੜ ਦੀ ਸਿਆਸਤ ਆ ਜਿਹੜੀ ਉਹ ਤੇਜ਼ ਹੁੰਦੀ ਜਾ ਰਹੀ ਹੈ। ਰਾਹੁਲ ਗਾਂਧੀ ਕੁਛ ਹੋਰ ਤਰੀਕੇ ਨਾਲ ਸੋਚਦੇ, ਹਾਈਕਮਾਂਡ ਕੁਛ ਹੋਰ ਤਰੀਕੇ ਨਾਲ ਸੋਚਦੀ ਹੈ, ਆਮ ਆਦਮੀ ਪਾਰਟੀ ਦੇ ਸੁਪਰੀਮੋ ਕੁਛ ਹੋਰ ਤਰੀਕੇ ਨਾਲ ਸੋਚਦੇ ਆ, ਜਿਹੜੀ ਸੂਬਾਈ ਕਾਂਗਰਸ ਹੈਗੀ ਹੈ ਦਿੱਲੀ ਹਰਿਆਣਾ ਅਤੇ ਪੰਜਾਬ ਦੀ, ਉਹ ਕੁਛ ਹੋਰ ਤਰੀਕੇ ਸੋਚਦੀ ਹੈ, ਅਤੇ ਦੇਸ਼ ਭਾਰਤੀ ਸਿਆਸਤ ਦੇ ਵਿਚਾਲੇ ਸਪਾ ਬਸਪਾ ਕੁਛ ਹੋਰ ਤਰੀਕੇ ਸੋਚਦੇ ਹੈ, ਮਾਇਆ ਮਮਤਾ ਵੱਖਰਾ ਸੋਚਦੇ ਹੈਗੇ ਆ। ਇਸ ਸਭ ਦੇ ਵਿਚਾਲੇ ਅਸੀਂ ਇੱਕੋ ਸਵਾਲ ਕਰਾਂਗੇ, ਗੱਠਜੋੜ ਦੀ ਕਰਾਰੀ ਕਿੱਥੇ ਫਸੀ? ਗੱਠਜੋੜ ਅਤੇ ਸਿਆਸਤ ਟੂ ਦਾ ਪੁਆਇੰਟ 'ਤੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸਦੀ ਹੈ ਕਿ ਕਿਹੜੇ ਪੁਆਇੰਟਸ 'ਤੇ ਗੱਲਬਾਤ ਹੋਣੀ ਲਾਜ਼ਮੀ ਹੈ ਕਿ ਦੇਸ਼ ਭਰ ਵਿੱਚ ਗੱਠਜੋੜ 'ਤੇ ਮੇਨੋ ਮੇਨੀ ਹੋਈ ਹੈ ਸਿਆਸਤ, ਦਿੱਲੀ ਤੋਂ ਪੰਜਾਬ ਹਰਿਆਣਾ ਤੱਕ ਆਪ ਕਾਂਗਰਸ ਨਾਲ ਗੱਠਜੋੜ ਲਈ ਤਰਲੋ ਮੱਛੀ ਹੋ ਰਹੀ ਹੈ, ਕਾਂਗਰਸ ਹਾਈਕਮਾਨ ਅਤੇ ਸੂਬਾਈ ਕਾਂਗਰਸ 'ਚ ਆਪ ਨਾਲ ਗੱਠਜੋੜ 'ਤੇ ਵੱਖ ਵੱਖਰੇ ਸੁਰ ਦੇਖਣ ਨੂੰ ਮਿਲ ਰਹੇ ਆ। ਦਿੱਲੀ ਤੋਂ ਸ਼ੀਲਾ ਦੀਕਸ਼ਿਤ ਅਤੇ ਪੰਜਾਬ ਤੋਂ ਕੈਪਟਨ ਅਮਰਿੰਦਰ ਸਿੰਘ ਆਪ ਨਾਲ ਗੱਠਜੋੜ ਨਹੀਂ ਚਾਹੁੰਦੇ, ਹਰਿਆਣਾ ਤੋਂ ਸਾਬਕਾ ਮੁੱਖ ਮੰਤਰੀ ਹੁੱਡਾ ਵੀ ਆਪ ਦੇ ਹਿੱਤ ਵਿੱਚ ਨਹੀਂ, ਉਹਨਾਂ ਨੇ ਪ੍ਰਣਾਲੀ ਕਿਹਾ ਕਿ ਫੈਸਲਾ ਹਾਈਕਮਾਨ ਕਰੇਗੀ, ਹਾਲਾਂਕਿ ਅਸ਼ੋਕ ਤੰਵਰ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਅਸੀਂ 10 ਸੀਟਾਂ ਆਪ ਜਿੱਤ ਸਕਦੇ ਹਾਂ। ਯੂਪੀ ਵਿੱਚ ਸਪਾ ਬਸਪਾ ਗੱਠਜੋੜ ਨੇ ਕਾਂਗਰਸ ਦੇ ਨਾਲ ਚੱਲਣ ਤੋਂ ਇਨਕਾਰ ਕਰ ਦਿੱਤਾ, ਇਹ ਕਾਂਗਰਸ ਦੇ ਲਈ ਵੱਡਾ ਝਟਕਾ ਮੰਨਿਆ ਜਾ ਸਕਦਾ ਕਿਉਂਕਿ ਯੂਪੀ ਉਹ ਸਟੇਟ ਹੈ ਜਿੱਥੋਂ ਦੇਸ਼ ਦੀ ਸਿਆਸਤ ਦਾ ਗੇਟ ਨਿਕਲਦਾ। ਮਹਾਰਾਸ਼ਟਰ ਵਿੱਚ ਵੀ ਕਾਂਗਰਸ ਨੂੰ ਸਪਾ ਬਸਪਾ ਗੱਠਜੋੜ ਤੋਂ ਚੁਣੌਤੀ ਮਿਲ ਰਹੀ ਹੈ, ਅਤੇ ਬਿਹਾਰ ਵਿੱਚ ਵੀ ਆਰ ਜੇ ਡੀ ਨਾਲ ਸੀਟ ਵੰਡ 'ਤੇ ਕਾਂਗਰਸ ਦਾ ਪੇਚ ਫਸਿਆ ਹੋਇਆ। ਪੰਜਾਬ ਵਿੱਚ ਆਪ ਅਤੇ ਟਕਸਾਲੀ ਅਤੇ ਪੀਡੀ ਅਤੇ ਟਕਸਾਲੀ ਦੋਨਾਂ 'ਚ ਗੱਠਜੋੜ 'ਤੇ ਗੱਲ ਨਹੀਂ ਬਣੀ। ਰੇੜਕਾ ਵਿੱਚ ਪੀਐਮ ਦਾ ਇਸ਼ਾਰਾ ਵੀ ਕਰ ਦਿੱਤਾ ਗਿਆ, ਆਨੰਦਪੁਰ ਦਾ ਇਸ਼ਾਰਾ ਤਾਂ ਪਹਿਲਾਂ ਹੀ ਹੋ ਚੁੱਕਿਆ ਸੀਗਾ। ਬਹੁਤ ਸਾਰੇ ਇਸ਼ੂਸ ਹੈਗੇ ਆ ਜਿਨ੍ਹਾਂ 'ਤੇ ਗੱਲਬਾਤ ਕਰਨੀ ਲਾਜ਼ਮੀ ਹੈਗੀ ਆ। ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਮਿਸ਼ਨ 2019 ਦੇ ਗੱਠਜੋੜ ਲਈ ਸਿਆਸੀ ਕੁਰਬਾਨੀ ਦੇਣ ਨੂੰ ਕੋਈ ਤਿਆਰ ਹੋਵੇਗਾ, ਸਿਆਸੀ ਕੁਰਬਾਨੀ ਮੰਗਦਾ ਜੇ ਗੱਠਜੋੜ ਹੋਵੇਗਾ, ਅਤੇ ਇਹ ਸਿਆਸੀ ਕੁਰਬਾਨੀ ਕੌਣ ਦੇ ਸਕਦਾ? ਇਸ ਸਵਾਲ 'ਤੇ ਬਹਿਸ ਹੋਵੇਗੀ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਤਲੋਚਨ ਸਿੰਘ ਜੀ ਸੀਨੀਅਰ ਪੱਤਰਕਾਰ ਨੇ, ਇਹ ਆਮ ਆਦਮੀ ਪਾਰਟੀ ਨੂੰ ਬਿਹਤਰ ਤਰੀਕੇ ਨਾਲ ਕਵਰ ਕਰਦੇ ਆ, ਸਮਝਦੇ ਹੈਗੇ ਆਮ ਆਦਮੀ ਪਾਰਟੀ ਗੱਠਜੋੜ ਕਿਉਂ ਕਰਨਾ ਚਾਹੁੰਦੀ ਹੈਗੀ ਹੈ, ਅਤੇ ਕਾਂਗਰਸ ਦੀ ਨਵਿਸ ਤਾਂ ਇਹ ਭਲੀ ਭਾਂ ਜਾਣਦੇ ਹੈਗੇ। ਤਲੋਚਨ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਬੁਲਾ ਰਹੇ, ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸੁਰਜੀਤ ਸਿੰਘ ਸਵੈਚ ਕਾਂਗਰਸ ਦੇ ਬੁਲਾ ਰਿਹਾ, ਸਵੈਚ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕੈਪਟਨ ਬਿਕਰਮਜੀਤ ਸਿੰਘ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਆ, ਕੈਪਟਨ ਬਿਕਰਮਜੀਤ ਤੁਹਾਡਾ ਬਹੁਤ ਸਵਾਗਤ ਹੈ, ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾ ਰਹੇ ਆ, ਜਨਰਲ ਸਕੱਤਰ ਨੇ ਇਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪੀਰ ਮਜੀਦ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਕੈਪਟਨ ਬਿਕਰਮਜੀਤ ਤੁਹਾਨੂੰ ਕਰਨਾ ਚਾਹੁੰਗਾ, ਕੈਪਟਨ ਬਿਕਰਮਜੀਤ ਤੁਹਾਨੂੰ ਇੰਨੀ ਕਿਉਂ ਤਰਲੋ ਮੱਛੀ ਕਿਉਂ ਹੋ ਰਹੇ ਹੋ ਤੁਸੀਂ ਕਾਂਗਰਸ ਨਾਲ ਗੱਠਜੋੜ ਕਰਨ ਦੇ? ਦੇਖੋ ਜਿਹੜਾ ਤੁਸੀਂ ਇਹ ਲਫ਼ਜ਼ ਵਰਤਿਆ ਤਰਲੋ ਮੱਛੀ, ਇਹ ਉਹ ਲਫ਼ਜ਼ ਨਾ ਹੀ ਉਹ ਹੈਗਾ ਤੇ ਨਾ ਕਿਹੜਾ ਵਰਤੀ ਹੈ, ਤੁਸੀਂ ਦੱਸ ਦਿਓ। ਵੇਖੋ ਇੱਕ ਅਲਾਇੰਸ ਹੈ, ਸਾਡਾ ਮੁੱਦਾ ਹੈ ਮੋਦੀ ਨੂੰ ਬਾਹਰ ਰੱਖਣਾ। ਅੱਛਾ, ਇਹ ਜਿਹੜੀ ਵੀ ਪਾਰਟੀ ਮੋਦੀ ਨੂੰ ਬਾਹਰ ਰੱਖਣਾ ਚਾਹੁੰਦੀ ਹੈ ਉਹ ਇਸ ਤਰ੍ਹਾਂ ਉਹਦਾ ਪੋਲੀਟੀਕਲ ਥਿੰਕਿੰਗ ਜਾਂ ਸਿਆਸੀ ਜਿਹੜਾ ਦਾਪੇਜ ਨੂੰ ਮਨ 'ਚ ਰੱਖਦੇ, ਇਹ ਇੱਕ ਬੜੀ ਨੈਚੁਰਲ ਚੀਜ਼ ਹੈ। ਹੁਣ ਇਹ 100% ਜਿਹਨਾਂ ਨਾਲ ਤੁਸੀਂ ਗੱਠਜੋੜ ਕਰਨ ਨੂੰ ਫਿਰਦੇ ਸੀ ਉਹ ਤਾਂ ਮੋਦੀ ਨੂੰ ਪੀਐਮ ਬਣਾਉਣਾ ਚਾਹ ਰਹੇ ਸੀਗੇ। ਤੁਸੀਂ ਇਕੱਲੇ ਪੰਜਾਬ, ਤੁਸੀਂ ਮੈਂ ਸਾਰੀ ਗੱਲ ਕਰ ਰਹੇ ਹਾਂ, ਮੈਂ ਇਕੱਠੀ ਗੱਲ ਕਰ ਰਿਹਾ। ਚਲੋ ਮੈਂ ਅਲੱਗ ਅਲੱਗ ਗੱਲ ਤੇ ਵੀ ਆ ਜਾਣਾ, ਆਪਾਂ ਪਹਿਲਾਂ ਦਿੱਲੀ ਤੋਂ ਹੀ ਸ਼ੁਰੂ ਹੋ ਜਾਈਏ। ਉੱਥੇ ਆਮ ਆਦਮੀ ਪਾਰਟੀ ਗੱਠਜੋੜ 'ਚ ਤਾਂ ਇੰਟਰਸਟਿਡ ਸੀ ਬਿਕੋਜ਼ ਸਾਡਾ ਮੇਨ ਦੁਸ਼ਮਣ ਕੌਣ ਹੈ? ਸਾਡਾ ਮੇਨ ਦੁਸ਼ਮਣ ਬੀਜੇਪੀ ਮੋਦੀ ਨੂੰ ਬਾਹਰ ਰੱਖਣਾ, ਉਹਦੇ ਵਾਸਤੇ ਇਹ ਇੱਕ ਸਟ੍ਰੈਟੇਜਿਕ ਮੂਵ ਸੀ ਜਿਹੜੀ ਕਿ ਹਰ ਇੱਕ ਲੜਾਈ 'ਚ ਸਟ੍ਰੈਟੇਜੀ ਨਾਲ ਚੱਲਿਆ ਜਾਂਦਾ। ਅੱਛਾ, ਉਸ ਚੀਜ਼ ਨੂੰ ਜੇ ਅਸੀਂ ਮੱਦੇਨਜ਼ਰ ਰੱਖਦੇ ਹਾਂ, ਜਿਹੜੀ ਕਾਂਗਰਸ ਪਾਰਟੀ ਹੈ ਉਹਦੀ ਜੋ ਪਕੜ ਅੱਜ ਤੋਂ 10-15 ਸਾਲ ਪਹਿਲਾਂ ਸੀ, ਆਪਣਾ ਰਾਜੀਵ ਗਾਂਧੀ ਦੇ ਟਾਈਮ ਜਾਂ ਉਦੋਂ ਪਹਿਲਾਂ ਵੀ, ਉਦੋਂ ਇਹ ਸਟੇਟ ਸਤਰਪ ਸੀਗੇ ਜਿਹੜੇ, ਇਹਨਾਂ ਕੋਲ ਪਾਵਰ ਨਹੀਂ ਸੀ ਹੁੰਦੀ। ਹੁਣ ਜਿਹੜੀ ਡਿਸੀਜਨ ਇੱਕ ਕਾਂਗਰਸ ਦੀ ਸੈਂਟਰਲ ਕਮਾਂਡ ਲੈਣਾ ਚਾਹੁੰਦੀ ਹੈ ਉਹਨੂੰ ਵੀਟੋ ਕੀਤਾ ਜਾ ਰਿਹਾ। ਕੌਣ ਕਰ ਰਿਹਾ? ਦਿੱਲੀ 'ਚ ਸ਼ੀਲਾ ਦੀਕਸ਼ਿਤ, ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ, ਹਰਿਆਣਾ 'ਚ ਜਿਵੇਂ ਤੁਸੀਂ ਤੁਸੀਂ ਇਹਨਾਂ ਦੇ ਘਰੇ ਫੁੱਟ ਪਾਣੀ ਹੈ? ਨਹੀਂ, ਘਰੇ ਫੁੱਟ ਤੁਹਾਡੀ ਕਿਸ਼ਤੀ 'ਚ ਮੋਰੀ ਹੋ ਚੁੱਕੀ ਹੈ। ਨਹੀਂ ਨਹੀਂ, ਤੁਹਾਡੀ ਕਿਸ਼ਤੀ 'ਚ ਮੋਰੀ ਹੋ ਚੁੱਕੀ ਹੈ, ਕਾਂਗਰਸ ਨਾਰਾਜ਼ ਦੀ ਥੋੜੀ ਮਲਮ ਲੱਗ ਜੂਗੀ। ਕੇਪੀ ਜੀ ਮੈਨੂੰ ਖਤਮ ਕਰਨ ਦਿਓ ਮਾੜਾ ਜਿਹਾ। ਹੁਣ ਉਹ ਇਸ ਕਰਕੇ ਕਹਿੰਦੇ ਆ, ਉਹ ਉਹਨਾਂ ਨੂੰ ਇਹ ਡਰ ਹੈ ਕਿ ਆਮ ਆਦਮੀ ਪਾਰਟੀ ਜੇ ਅਸੀਂ ਅਲਾਇੰਸ 'ਚ ਆ ਗਏ, ਕੱਲ੍ਹ ਨੂੰ ਆਉਂਦੇ ਹੋਏ ਸਮੇਂ 'ਚ ਇਲੈਕਸ਼ਨਾਂ 'ਚ ਕੀ ਪਤਾ ਇਹ ਸਾਨੂੰ ਡਿਸਪਲੇਸ ਕਰ ਜਾਣ। ਅੱਛਾ, ਉਹਨਾਂ ਦੇ ਪ੍ਰੈਸ਼ਰ ਥੱਲੇ ਆ ਕੇ ਤੁਹਾਡਾ ਪ੍ਰਧਾਨ ਮੰਤਰੀ ਉਮੀਦਵਾਰ ਕੌਣ ਆ? ਮੈਂ ਮੁੱਦੇ 'ਤੇ ਆ ਰਿਹਾ, ਤੁਹਾਡਾ ਪ੍ਰਧਾਨ ਮੰਤਰੀ ਉਮੀਦਵਾਰ ਕੌਣ ਆ? ਕੇਜਰੀਵਾਲ? ਸਾਡਾ ਨਹੀਂ, ਸਾਡਾ ਤਾਂ ਆਪਸ 'ਚ ਜਦੋਂ ਅਲਾਇੰਸ ਹੋਈ ਨਹੀਂ ਹੈ ਨਾ। ਕੈਪਟਨ ਵੀਰ ਤੁਸੀਂ ਰੁਕ ਗਏ, ਕਿਹੜਾ ਜਾ ਰਹੇ ਸੀਗੇ ਅਰਵਿੰਦ ਕੇ? ਨਹੀਂ ਨਹੀਂ ਨਹੀਂ, ਕਿਉਂ ਰੁਕ ਕਿਉਂ ਗਏ? ਨਹੀਂ ਨਹੀਂ, ਰੁਕ ਨਹੀਂ ਗਿਆ ਮੈਂ, ਮੈਂ ਤਾਂ ਇਹ ਤੁਹਾਨੂੰ ਕਹਿ ਰਿਹਾ, ਮੈਂ ਤੁਹਾਡਾ ਸਵਾਲ ਲੜਾਈ ਸਾਰੀ ਇਹੀ ਆ, ਲੜਾਈ ਸਾਰੀ ਇਹੀ ਆ ਕੈਪਟਨ ਬਿਕਰਮਜੀਤ, ਲੜਾਈ ਸਾਰੀ ਇਹੀ ਆ। ਨਹੀਂ ਨਹੀਂ ਨਹੀਂ, ਕੋਈ ਪੀਐਮ ਦੀ ਰੇਸ ਵਿੱਚ ਕੌਣ ਹੋਵੇਗਾ? ਨਹੀਂ ਨਹੀਂ, ਉਹ ਅਲਾਇੰਸ ਦਾ ਇੱਕ ਕਾਮਨ ਕੈਂਡੀਡੇਟ ਹੋਏਗਾ, ਮੈਂ ਕਿਵੇਂ ਕਹਿ ਸਕਦਾ ਅਰਵਿੰਦ ਕੇਜਰੀਵਾਲ ਹੋਏਗਾ? ਹਾਲੇ ਤੱਕ ਤਾਂ ਕੋਈ ਡਿਸੀਜਨ ਹੈ ਹੀ ਨਹੀਂ ਹੈ।
देखो मैं पहला ना जी कैप्टन बिक्रमजीत दी इस गल नाल जेड़ा बिल्कुल सहमत नहीं सारे हंस रहे अंदरों दी पता नहीं ए, के जेड़ा कह रहे ने साडे रीजनल जेड़े स्ट्रैप्स ने या हिडन साडे लीडर्स ने ओ उड़ीके डा रहे ने कोई पंजाब कैप्टन अमरिंदर सिंह या दिल्ली सिला जी उड़ीके डा रहे ने इन्हां दा जेड़ा समझौता नहीं होण दे रहे नहीं कैप्टन साहब ऐसी गल कोई है नहीं ते तुहानूं मेरे ख्याल ये गल शोभदी भी नहीं है भी इदां दी गल्लां कर रही आ अगर तुहाडा ਕੋਈ ਗੱਲਬਾਤ ਚੱਲਦੀ ਵੀ ਹੈ ਜਾਂ ਵਿਚਾਰ ਬਣਦਾ ਵੀ ਹੈ ਪਾਰਟੀ ਕਾਂਗਰਸ ਕਿਤੇ ਹਜੇ ਵਹਿਮ ਵਿੱਚ ਤਾਂ ਨਹੀਂ ਹੈਗੀ ਵੀ ਪਤਾ ਨਹੀਂ ਹਜੇ ਵੀ ਹੁੰਦਾ ਉਹੀ ਰੁਤਬਾ ਹੈਗਾ ਦੇਖੋ ਜਿੱਥੋਂ ਤੱਕ ਪੰਜਾਬ ਦਾ ਸੰਬੰਧ ਹੈ ਜੀ ਹਾਂ ਪੰਜਾਬ ਦੇ ਵਿੱਚ ਇੱਕ ਜਨਰਲ ਜੀ ਗੱਲ ਹੈਗੀ ਹੈ ਕਿ ਜਦੋਂ ਕੋਈ ਸਮਝੌਤੇ ਦੀ ਗੱਲ ਆਉਂਦੀ ਹੈ ਉੱਥੇ ਆਉਂਦੀ ਹੈ ਜਿੱਥੇ ਕਿਸੇ ਦੂਜੀ ਇੱਕ ਪਾਰਟੀ ਨੂੰ ਲੱਗੇ ਕਿ ਮੈਨੂੰ ਕੋਈ ਬੈਨੀਫਿਟ ਹੋਏਗਾ ਆਮ ਜਨਰਲ ਗੱਲ ਹੈ ਜੀ ਮੈਂ ਸਿੱਧਾ ਸਪਸ਼ਟ ਗੱਲਾਂ 'ਚ ਕਹਿਣਾ ਮੈਂ ਪੰਜਾਬ 'ਤੇ ਹਜੇ ਆਇਆ ਨਹੀਂਗਾ ਪੰਜਾਬ ਦੇ ਮੈਂ ਪੰਜਾਬ 'ਤੇ ਹਜੇ ਆਇਆ ਨਹੀਂਗਾ ਪੰਜਾਬ ਨੂੰ ਖੇਡ ਕੇ ਦੇਖ ਸਕਦੇ ਨਾ ਮੈਂ ਪੰਜਾਬ 'ਤੇ ਹਜੇ ਆਇਆ ਨਹੀਂਗਾ ਮੈਂ ਪੰਜਾਬ 'ਤੇ ਆ ਜੂੰਗਾ ਚਲੋ ਪੱਕਾ ਲੱਗੇ ਮੈਂ ਤਾਂ ਪੂਰੀ ਕੰਟਰੀ ਦੀ ਗੱਲ ਕਰ ਰਿਹਾ ਪੂਰੀ ਕੰਟਰੀ ਦੀ ਗੱਲ ਇਹ ਹੈਗੀ ਹੈ ਕਿ ਸਾਡੀ ਜਿਹੜੀ ਹਾਈ ਲੈਵਲ ਦੀ ਜਿਹੜੀ ਹਾਈ ਲੈਵਲ ਜਿਹੜੀ ਸਾਡੀ ਹਾਈ ਕਮਾਂਡ ਹੈਗੀ ਹੈ ਕੈਪਟਨ ਆਪਣੇ ਰਾਹੁਲ ਜੀ ਹੈਗੇ ਨੇ ਜਾਂ ਜਿਹੜੇ ਉੱਪਰਲੇ ਸਾਡੀ ਵਰਕਿੰਗ ਕਮੇਟੀ ਜਿਹੜੀ ਹੈਗੀ ਹੈ ਉਹਦੇ ਵਿੱਚ ਜਿਹੜਾ ਇੱਕ ਬਰਾਡ ਆਊਟਲਾਈਨ ਜਿਹੜੀ ਹੈਗੀ ਹੈ ਫਰੰਟ ਬਣਾਉਣ ਦੀ ਉਹ ਇਹ ਹੈਗੀ ਹੈ ਕਿ ਕਿਸੇ ਨਾਲ ਆਪਾਂ ਦਾ ਨਿਸ਼ਾਨਾ ਕੀ ਹੈ ਓਬਜੈਕਟਿਵ ਕੀ ਹੈ ਕਿ ਭਾਜਪਾ ਨੂੰ ਦੁਬਾਰਾ ਅਸੀਂ ਨਹੀਂ ਆਉਣ ਦੇਣਾ ਇਸ ਓਬਜੈਕਟਿਵ ਨਾਲ ਕਾਂਗਰਸ ਜਿਹੜਾ ਹੈਗਾ ਉਹ ਸੌਫਟ ਸਟੈਂਡ ਇੱਕ ਲੈ ਕੇ ਚੱਲ ਭਾਜਪਾ ਨੂੰ ਦੁਬਾਰਾ ਆਉਣ ਨਹੀਂ ਦੇਣਾ ਤੇ ਰਾਹੁਲ ਗਾਂਧੀ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਮੰਨਣੀ ਨਹੀਂ ਨਹੀਂ ਅਸੀਂ ਕੋਈ ਗੱਲ ਨਹੀਂ ਰਾਹੁਲ ਗਾਂਧੀ ਹੀ ਪੀਐਮ ਅਹੁਦੇ ਦੇ ਉਮੀਦਵਾਰ ਹੋਣਗੇ ਹੋਰ ਕੋਈ ਹੋਵੇਗਾ ਨਹੀਂ ਨਹੀਂ ਸਾਡੀ ਪਾਰਟੀ ਤੁਹਾਡੀ ਤਾਂ ਅੜੀ ਇਸ ਗੱਲ ਤੇ ਆ ਨਹੀਂ ਨਹੀਂ ਸਾਡੀ ਪਾਰਟੀ ਜਿਹੜੀ ਦੇ ਪ੍ਰਧਾਨ ਨੇ ਸਾਡੇ ਪਾਰਟੀ ਨੈਚੁਰਲੀ ਨੈਚੁਰਲੀ ਉਹ ਕੈਂਡੀਡੇਟ ਬਣ ਕੇ ਪ੍ਰਧਾਨ ਮੰਤਰੀ ਦੀ ਅਗਰ ਕਾਂਗਰਸ ਪਾਰਟੀ ਜਿਹੜੀ ਹੈਗੀ ਮੈਜੋਰਟੀ ਆਉਂਦੀ ਹੈ ਜਾਂ ਇਦਾਂ ਦੀ ਗੱਲ ਹੁੰਦੀ ਹੈ ਲੇਕਿਨ ਉਹ ਤਾਂ ਬਾਅਦ ਦੀ ਗੱਲ ਹੈਗੀ ਜੀ ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਹੈ ਇਹ ਕੋਈ ਜਿਹੜਾ ਇਲੈਕਸ਼ਨ ਹੈਗਾ ਇਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ ਹੈਗਾ ਇਹ ਅਮਰੀਕਾ ਦਾ ਇਲੈਕਸ਼ਨ ਨਹੀਂ ਹੈਗਾ ਜਿਵੇਂ ਬੀਜੇਪੀ ਵਾਲੇ ਪ੍ਰੋਜੈਕਟ ਕਰ ਰਹੇ ਤੁਸੀਂ ਰਾਹੁਲ ਗਾਂਧੀ ਦੀ ਕੁਰਬਾਨੀ ਦੇ ਸਕਦੇ ਹੋ ਨਹੀਂ ਇਹਨਾਂ ਗੱਲਾਂ ਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੀ ਨਹੀਂ ਫਿਰ ਗਾਠ ਜੋੜ ਤਾਂ ਹੀ ਤੁਰੂਗਾ ਨਾ ਅੱਗੇ ਕਾਂਗਰਸ ਦੇ ਡੀਐਨਏ ਚ ਹੀ ਹੈ ਨੀਗਾ ਕਿ ਉਹ ਕਿਸੇ ਨੂੰ ਨਾਲ ਲੈ ਕੇ ਤੁਰ ਪਵੇ ਕਿਉਂ ਦੇਖੋ ਜਿੰਨੀਆਂ ਵੀ ਗੱਠਜੋੜ ਦੀਆਂ ਸਰਕਾਰਾਂ ਬਣੀਆਂ ਪਿਛਲੀਆਂ ਕਾਂਗਰਸ ਨੇ ਕੋਈ ਸਰਕਾਰ ਚੱਲਣ ਨਹੀਂ ਦਿੱਤੀ ਇਹ ਇਤਿਹਾਸ ਹੈ ਕਾਂਗਰਸ ਦਾ ਉਹਨਾਂ ਨੂੰ ਤੋੜਿਆ ਜਿੰਨਾ ਜ਼ੋਰ ਲੱਗ ਸਕਿਆ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਤੋੜਿਆ ਚੱਲਣ ਨਹੀਂ ਦਿੱਤਾ ਦੂਸਰਾ ਕਾਂਗਰਸ ਦਾ ਅੱਜ ਹਾਲਾਤ ਇਹ ਨੇ ਕਿ ਅਗਰ ਯੂਪੀ ਜਾਂਦੇ ਹੈ ਨਾ ਅਖਿਲੇਸ਼ ਅਤੇ ਨਾ ਹੀ ਮਾਇਆਵਤੀ ਨਾਲ ਕੋਈ ਸਮਝੌਤਾ ਕਰਨ ਨੂੰ ਤਿਆਰ ਹੈ ਉਹਨਾਂ ਨੇ ਇਹਨਾਂ ਨੂੰ ਜਿੱਦਾਂ ਖਰਾਚ 'ਚ 2 ਸੀਟਾਂ ਦੇ ਦੀਆਂ ਉਸ ਨਾਲ ਦੇ ਦਿੱਤੀਆਂ ਅਤੇ ਇਹਨਾਂ ਨੇ ਬੜਾ ਬੜੱਪਣ ਦਿਖਾਇਆ ਉਹਨੂੰ 7 ਸੀਟਾਂ ਛੱਡ ਦਿੱਤੀਆਂ ਬਾਕੀ ਸੀਟਾਂ ਦੇ ਕੈਂਡੀਡੇਟ ਹੈ ਨਹੀਂ ਉਹਨਾਂ ਨੇ ਕਹਿਣਾ ਉਹ ਦੱਸਿਆ ਕਿ ਇਹਨਾਂ ਕੋਲ ਬਾਕੀ ਸੀਟਾਂ 'ਤੇ ਵੀ ਕੈਂਡੀਡੇਟ ਹੈ ਨਹੀਂ ਅਨਾਊਂਸ ਇਹ ਕਹਿਤਾ ਵੀ 7 ਸੀਟਾਂ 'ਤੇ ਅਸੀਂ ਛੱਡ ਦਿੱਤੀਆਂ ਲੇਕਿਨ ਬਾਕੀ ਵੀ ਜਿਹੜੀਆਂ ਛੱਡੀਆਂ ਹੋਈਆਂ ਸੀਟਾਂ ਨੇ ਕੈਂਡੀਡੇਟ ਹੈ ਨਹੀਂ ਇਹਨਾਂ ਦੇ ਕੋਲ ਉਹੀ ਹਾਲਾਤ ਇਹਨਾਂ ਦੇ ਬਿਹਾਰ 'ਚ ਨੇ ਸੇਮ ਹਾਲਾਤ ਇਹਨਾਂ ਦੇ ਵੈਸਟ ਬੰਗਾਲ 'ਚ ਨੇ ਉਹੀ ਉੜੀਸਾ 'ਚ ਨੇ ਸਾਊਥ ਚਲੇ ਜਾਓ ਤੁਸੀਂ ਚੰਦਰਾਬਾਬੂ ਨਾਇਡੂ ਕੋਲ ਚਲੇ ਜਾਓ ਤੁਸੀਂ ਉੱਥੇ ਵੀ ਇਹੀ ਹਾਲਾਤ ਨੇ ਕੋਈ ਵੀ ਬੰਦਾ ਇਹਨਾਂ ਨੂੰ ਸੀਟਾਂ ਦੇਣ ਨੂੰ ਤਿਆਰ ਨਹੀਂ ਕੋਈ ਬੰਦਾ ਰਾਹੁਲ ਗਾਂਧੀ ਨੂੰ ਐਜ਼ ਏ ਪ੍ਰਾਈਮ ਮਿਨਿਸਟਰ ਮੰਨਣ ਨੂੰ ਤਿਆਰ ਨਹੀਂ ਕੈਂਡੀਡੇਟ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਵੀ ਸੇਮ ਕਿਸ਼ਤੀ ਦੇ ਵਿੱਚ ਹੀ ਹੈ ਜਿਸ ਕਿਸ਼ਤੀ 'ਚ ਅੱਜ ਕਾਂਗਰਸ ਪਾਰਟੀ ਹੈ ਆਮ ਆਦਮੀ ਪਾਰਟੀ ਨੇ ਵੀ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਕੋਈ ਇਹਨਾਂ ਨੂੰ ਸੀਟਾਂ ਛੱਡਣ ਨੂੰ ਤਿਆਰ ਨਹੀਂ ਔਰ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਵੀ ਜੇ ਇਸ ਲੋਕ ਸਭਾ ਦੇ ਵਿੱਚ ਸਾਡੀ ਕੋਈ ਸੀਟ ਨਾ ਆਈ ਤਾਂ ਸਾਡਾ ਵਜ਼ੂਦ ਜਿਹੜਾ ਹੈ ਉਹ ਖਤਮ ਹੋ ਜਾਣਾ ਇਸ ਕਰਕੇ ਉਹ ਤਰਲੋ ਮੱਛੀ ਹੁੰਦੇ ਫਿਰਦੇ ਆ ਵੀ ਚਾਹੇ ਕਿਸੇ ਤਰੀਕੇ ਨਾਲ ਵੀ ਆ ਜੀ ਸਾਡੇ ਨਾਲ ਕੋਈ ਵੀ ਸਮਝੌਤਾ ਕਰ ਲਏ ਹੋਰ ਕੋਈ ਬਾਈ ਤਾਂ ਨਹੀਂ ਕੋਈ ਕਾਂਗਰਸ ਦਾ ਕਿਹਾ ਸਮਝੌਤਾ ਨਹੀਂ ਇਹੀ ਕਰ ਲੈਣ ਸਾਡੇ ਨਾਲ ਅਤੇ ਕੇਜਰੀਵਾਲ ਇਸੇ ਕਰਕੇ ਤਰਲੋ ਮੱਛੀ ਹੋ ਰਹੇ ਨੇ ਵੀ ਚਾਹੇ ਸਾਨੂੰ ਦਿੱਲੀ 'ਚੋਂ ਹੀ 2 ਸੀਟਾਂ ਆ ਜਾਣ ਚਾਹੇ ਪੰਜਾਬ 'ਚੋਂ ਇੱਕ ਅੱਧੀ ਸੀਟ ਆ ਜਾਏ ਕੋਈ ਪੰਜਾਬ 'ਚ ਇਹਨਾਂ ਨੂੰ ਉਮੀਦ ਹੈ ਨਹੀਂ ਹੁਣ ਠੀਕ ਹੈ ਤਰਲੋ ਸਿੰਘ ਜੀ ਇਹ ਬੀਜੇਪੀ ਜਿਹੜੀ ਗੱਲ ਕਹਿ ਰਹੀ ਹੈ ਮਹਾ ਮਿਲਾਵਟ ਵਾਲਾ ਗੱਠਜੋੜ ਉਹ ਬੀਜੇਪੀ ਆਪਣੇ ਦਾਅਵੇ 'ਤੇ ਖਰਾ ਉਤਰਦੀ ਨਜ਼ਰ ਆ ਰਹੀ ਹੈ ਇਸ ਮੁਤਾਬਕ ਦੇਖੋ ਕੇਪੀ ਜੀ ਸਾਰਿਆਂ ਮਿੱਤਰਾਂ ਨੇ ਇਹੀ ਗੱਲ ਕਹੀ ਹੈ ਵੀ ਮਹਾਂਗਠਬੰਧਨ ਜਿਹੜਾ ਹੈ ਉਹ ਭਾਜਪਾ ਨੂੰ ਸੱਤਾ ਤੋਂ ਦੂਰ ਕਰਨ ਲਈ ਬਣਾਇਆ ਜਾ ਰਿਹਾ ਮੈਂ ਇਹਨੂੰ ਦੂਜੇ ਸੰਦਰਭ 'ਚ ਲਊਂਗਾ ਇਹ ਠੀਕ ਹੈ ਬਣਾਇਆ ਜਾ ਰਿਹਾ ਆਪਾਂ ਐਗਜੈਂਪਲ ਲੈ ਲਈਏ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਚ ਜੇ ਦਿੱਲੀ 'ਚ ਗੱਠਜੋੜ ਹੁੰਦਾ ਉਸ ਤੋਂ ਬਾਅਦ ਜਦੋਂ ਪੰਜਾਬ 'ਚ ਗੱਠਜੋੜ ਹੁੰਦਾ ਤਾਂ ਸਵਾਲ ਇਹ ਵੀ ਪੈਦਾ ਹੁੰਦੇ ਨੇ ਵੋਟਰਾਂ ਨੂੰ ਮੂਰਖ ਬਣਾ ਕੇ ਸਿਰਫ ਆਪਾਂ ਗੱਠਜੋੜ ਕਰ ਲਾਂਗੇ ਆਪਾਂ ਦੇਖਾਂਗੇ ਵੀ ਫਲਾਣੇ ਨੂੰ ਹਟਾਉਣਾ ਫਲਾਣੇ ਨੂੰ ਬਣਾਉਣਾ ਅਤੇ ਵੋਟਰ ਇਹਦਾ ਮਤਲਬ ਇੰਨਾ ਮੂਰਖ ਹੈ ਜਦੋਂ ਗੱਠਜੋੜ ਹੋ ਜੂਗਾ ਫਰਜ਼ ਕੀਤਾ ਪੰਜਾਬ 'ਚ ਵੀ ਗੱਠਜੋੜ ਹੋ ਜੂਗਾ ਆਪ ਅਤੇ ਕਾਂਗਰਸ ਦਾ ਅਤੇ ਫਿਰ ਭਗਵੰਤ ਮਾਨ ਕਹੂਗਾ ਵੀ ਕੈਪਟਨ ਅਮਰਿੰਦਰ ਸਿੰਘ ਤਾਂ ਬਹੁਤ ਵਧੀਆ ਬੰਦੇ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਰਗੀ ਸਰਕਾਰ ਕੋਈ ਨਹੀਂ ਇਸ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਵੋਟਾਂ ਪਾਓ ਅਤੇ ਵੋਟਰ ਉਹਨੂੰ ਕੀ ਕਹਿਣਗੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਾਂ
सुनील जाखड़ जिहड़े 2017 दी चोणां च कहिंदे सी वी इह जे आप आ गई तो पंजाब च अतवाद आजूगा, जे आप आगू तो पंजाब तबाह हो जूगा। और अरविंद केजरीवाल नूं तो वह असिधे सीधे ढंग नाल कहिंदे सी वी मानसिक तौर पर बंदा ठीक ही नहीं गा। तो जदों फिर वह सुनील जाखड़ बतौर कांग्रेस का प्रधान कहूगा भी आम आदमी पार्टी बहुत वधिया, इहदे भगवंत मान नूं वोट पाओ जां नरिंदर शेरगिल नूं वोट पाओ, तो मैनूं लगता है मजाक का साधन नहीं बनूगा। मजाक तो फिर सदन में भी बन जूगा। हाँ जी, मजाक तो फिर सदन में भी बन जूगा, मुख विरोधी धिर नहीं। हाँ, दूसरी गल ये भी फिर हरपाल सिंह चीमा तो जिहड़े 20 MLA ने, चलो दो चार परे ने, वो उत्थे जा के किवें कांग्रेस नूं कहणगे भी ये करप्ट सरकार आ, कांग्रेस ने ड्रग के मामले च झूठ बोलिया, कांग्रेस ने घर घर रुजगार देने दे मामले च झूठ बोलिया। मैनू लगता फिर ये जिहड़ा गठबंधन है ना, एक मजाक का साधन हसोई नसी की बन रही पई है। एक छोटा ब्रेक लैणे, ब्रेक तो वापस आवेंगे। गठजोड़ की गरारी कितने फसी है, सवाल ये पूछ रहे हैं, पर इस गरारी के विचाले जनता बेचारी फसी हुई है। जनता ये लोग मूर्ख समझते पे, वोटर मूर्ख समझते पे है, पर वोटर हुण इन्ने कु जागरूक हो चुकी है कि उन्होंने अपना हिसाब लेना आता, तो हिसाब लैन गए वोटर। गठजोड़ की चर्चा जरूर चलती पी हैगी है, पर यह चर्चा देश हित लिए हैगी है जा निजी हित लिए हैगी, सवाल यह है। ब्रेक तो वापस आ रहे हैं। सवाल बड़ा इको पूछ रहे हैं कि मिशन 2019 के गठजोड़ लिए सियासी कुर्बानी देने कोई तैयार होगा। करनाल साहब वीरम्मा जी, तुम इसे मंच से कहा कि असं कल भी तुर सकते हैं। हाँ जी, कट्ठे तुरन की गल हैगी सी। देखो, श्रोमणी अकाली दल बादल दे विचों जिहड़े श्रोमणी अकाली दल टकसाली दे जिन्हें भी आगू बाहर आए ने, वो इस करके आए ने कि सिद्धांतक मतभेद सी, सिद्धांतों की राजनीति करनी बड़ी जरूरी है। जिवें सरदार त्रिलोचन सिंह ने कहा है कि जां तां इह आप मूर्ख ने जां लोकां नूं मूर्ख समझदे आ, दो ही गल्लां ने। कि एड्डी वड्डी गल कि मैं आम आदमी सी, मैं ये करांगा वो करांगा, लेकिन अज जिस तरीके गठजोड़ की सानू बो आउण लगी कांग्रेस नाल, असी उस वेले ही इन्हां नू दो टुक कह दिता कि साडे नाल समझौता तुहाडा नहीं हो सकता। इस तरह ही खहरा साहब होरां नू असी इह गल क्लीयर कीती सी, असी किसी दे कोल गए नहीं सी। खहरा साहब, बैंस ब्रदरज और आम आदमी पार्टी दे भगवंत मान ये ब्रह्मपुरा साहब सेखवां साहब नू जाके मिले सी, बैठ के गलबात हुई कि पंजाब दे विच तीजा बदल बड़ा जरूरी है, तो असी वो अज भी चाहते हाँ कि तीजा बदल होवे। पर कौड़ियां गल्लां इस करके कहनियां पै रहियां ने कि अज वो सिद्धांत वो सोच सिर्फ तो सिर्फ सानू मैंबर पार्लीमेंट की कुर्सी नज़र आउंदी है जां प्राइम मिनिस्टर की कुर्सी नज़र आउंदी है कि असी इन्ना वड्डा। ये तो सवाल फिर तुहाडी पार्टी तों पुछा जाऊगा ना करां सभीर अहमद, दसो पहलां तां उन्होंने पार्टी विच रहे अहुदे माणे, जदों चोणां नेड़े आ गईआं उदों टुट गई तड़ाक। नहीं देखो, जेड़ा जेड़ा मसला है, ओदों सिद्धांत कित्थे सी, मसला ओदों सिद्धांत कित्थे सी, देखो ओदों भी अकाली दल श्रोमणी अकाली दल जिहनूं तुसीं कह रहे हो सवाल उहदे विच वी सवाल सीगे, श्रोमणी अकाली दल टकसाली दे किहड़े बंदे ने सवाल तुसीं कर रहे हो, इह अज मीडिया ते पंजाब दे लोकां ने उहनां नूं बहुत वार कीते और बहुत वार उहनां ने माफ़ी मंगी। ब्रह्मपुरा साहब ने, सेखवां साहब ने, सारिआं ने माफ़ी मंगी कि साडी इह गलती सी कि सानूं ये गल कहनी चाहिए सी पहला, बड़ी देर नाल असी कीती, पर वो ये गल भी कहिंदे रहे कि असी कोर कमेटी जिहड़ी साडी सी उहदे अंदर ये गल्लां सारियां करदे रहे हैं। सो मैं गल कहनी चाहुंदा कि पंजाब दे अंदर जिहड़ा गठजोड़ है जां इंडिया लैवल दे उपर जो भी कुछ वापर रहा है वो आवाम दे हित विच कुछ नहीं हो रहा। जो भी कुछ हो रहा बड़े ही गलत तरीके दे नाल, हर एक अपना गठजोड़ इस तरीके नाल बनाउण दी कोशिश कर रहा है। सो असी इसे करके कह दिता कि ये इलैक्शन लड़ीए जां ना लड़ीए, ये भी असी गल कही सी कि इलैक्शन लोकसभा गठजोड़ टुटिया क्यों, साडा गठजोड़ इस करके टुटिया कि एक तो जिहड़े कैंडीडेट है वो ये कहिंदे जी कि असी जिन्हों असी कीता ਉਹਨੂੰ ਹੀ ਅਸੀਂ ਰੱਖਾਂਗੇ, ਜਿਵੇਂ ਅਨੰਦਪੁਰ ਸਾਹਿਬ, ਹਾਂ ਸ਼ੇਰਗਿੱਲ ਹੋਰਾਂ ਦੀ ਗੱਲ ਹੋਈ ਜਾਂ ਬਸਪਾ ਦੇ ਵਿੱਚ ਸੋਢੀ, ਪੀਐਮ ਦਾ ਅਹੁਦਾ ਵੀ ਸੀਗਾ ਵਿੱਚ। ਹਾਂਜੀ, ਪੀਐਮ ਦਾ ਅਹੁਦਾ ਵੀ ਸੀਗਾ, ਪੀਐਮ ਦੇ ਅਹੁਦੇ ਤੱਕ ਤਾਂ ਗੱਲ ਪਹੁੰਚੀ ਨਹੀਂ ਗਈ, ਗੱਲ ਪਹੁੰਚੀ ਉਦੋਂ, ਗੱਲ ਪਹੁੰਚੀ ਨਹੀਂ ਉਦੋਂ ਪਹਿਲਾਂ ਹੀ ਇਹ ਤਾਂ ਕਹਿ ਰਹੇ ਆ ਪੀਐਮ ਦਾ ਅਹੁਦਾ ਵੀ ਸੀ। ਨਹੀਂ ਨਹੀਂ ਨਹੀਂ, ਪੀਐਮ ਦਾ ਅਹੁਦਾ ਕੈਪਟਨ ਸਾਹਿਬ ਆਪਣੇ ਉਹ ਗੱਲ ਕਰ ਸਕਦੇ ਆ, ਲੇਕਿਨ ਇਹਦੇ 'ਚ ਪੀਐਮ ਦੇ ਅਹੁਦੇ ਦਾ ਕੋਈ ਮਸਲਾ ਨਹੀਂ ਸੀ। ਇਹਦੇ 'ਚ ਮੇਨ ਮਸਲਾ ਸੀ ਕਿ ਤੁਸੀਂ ਪਹਿਲਾਂ ਸਾਨੂੰ ਇਹ ਕਲੀਅਰ ਕਰੋ ਕਿ ਤੁਸੀਂ ਕਾਂਗਰਸ ਨਾਲ ਜਿਹੜਾ ਰੋਜ਼ ਟਵੀਟ 'ਤੇ ਟਵੀਟ ਕੇਜਰੀਵਾਲ ਸਾਹਿਬ ਕਰੀ ਜਾਂਦੇ ਨੇ, ਦੂਜੇ ਪਾਸੇ ਤੁਸੀਂ ਸਾਡੇ ਨਾਲ ਮੀਟਿੰਗਾਂ ਕਰੀ ਜਾਂਦੇ ਹੋ, ਇਹਦੇ ਵਿੱਚ ਮਤਲਬ ਕੀ ਹੈ? ਜੇ ਇਹੋ ਕੁਝ ਹੀ ਕਰਨਾ ਸੀ ਤਾਂ ਫਿਰ ਅਕਾਲੀ ਦਲ ਬਾਦਲ ਦੇ ਵਿੱਚੋਂ ਬਾਹਰ ਆਉਣ ਦੀ ਲੋੜ ਕੀ ਸੀ ਇਹਨਾਂ ਨੂੰ? ਇਸ ਕਰਕੇ
ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਗੱਲ ਕਹੀ ਕਿ ਅਸੀਂ ਤੁਹਾਡੇ ਨਾਲ ਉਨੀ ਦੇਰ ਤੱਕ ਗੱਠਜੋੜ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਤੁਸੀਂ ਕਾਂਗਰਸ ਦੇ ਬਾਰੇ ਆਪਣੀ ਸਥਿਤੀ ਸਪਸ਼ਟ ਨਹੀਂ ਕਰਦੇ। ਪਰ ਅੱਜ ਨੈਸ਼ਨਲ ਮੀਡੀਆ ਦੇ ਵਿੱਚ ਜਿਸ ਪੱਧਰ ਦੇ ਉੱਤੇ ਖਬਰਾਂ ਆ ਰਹੀਆਂ ਨੇ ਕਿ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ, ਈਵਨ ਸਾਰੀਆਂ ਥਾਵਾਂ ਦੇ ਉੱਤੇ, ਇਹ ਕੇਜਰੀਵਾਲ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਕਿ ਮਮਤਾ ਬੈਨਰਜੀ ਦੇ ਨਾਲ ਉਹ ਜਾ ਕੇ ਕੀ ਬੋਲ ਰਹੇ ਸੀ, ਉਸ ਸਟੇਜ ਦੇ ਉੱਤੇ ਕੀ ਬੋਲ ਰਹੇ ਸੀ। ਔਰ ਜਦੋਂ ਜਨ ਲੋਕਪਾਲ ਦੀ ਗੱਲ ਚੱਲੀ ਸੀ ਉਸ ਵੇਲੇ ਅੰਨਾ ਅੰਦੋਲਨ ਦੇ ਵਿੱਚ ਅਸੀਂ ਕੀ ਗੱਲਾਂ ਕੀਤੀਆਂ ਸੀ ਅਤੇ ਅੱਜ ਅਸੀਂ ਕਿੱਧਰ ਨੂੰ ਚੱਲ ਪਏ ਹਾਂ। ਸੋ ਇਹ ਗੱਲ ਸੋਚਣ ਅਤੇ ਵਿਚਾਰਨ ਵਾਲੀ ਹੈ। ਪੰਜਾਬ ਦੀ ਲੀਡਰਸ਼ਿਪ ਨੂੰ, ਕੈਪਟਨ ਸਾਹਿਬ ਵਰਗੇ ਬੜੇ ਸੁਲਝੇ ਹੋਏ ਨੇਤਾ ਇਹਨਾਂ ਦੇ, ਇਹ ਸਾਰਿਆਂ ਨੂੰ ਚਾਹੀਦਾ। ਅਸੀਂ ਹਰਪਾਲ ਸਿੰਘ ਚੀਮਾ ਨੂੰ ਅੱਜ ਟਿਲ ਡੇਟ ਤੱਕ ਵੀ ਇਹ ਗੱਲ, ਅੱਜ ਵੀ ਇਹ ਗੱਲ ਕਹੀ ਹੈ, ਅੱਜ ਵੀ ਉਹ ਮੀਟਿੰਗ ਇਹ ਕਰਨਾ ਚਾਹੁੰਦੇ ਸੀ। ਅਸੀਂ ਆਖਿਆ ਪਹਿਲਾਂ ਤੁਸੀਂ ਕਾਂਗਰਸ ਵੱਲ ਕਲੀਅਰ ਕਰੋ ਕਿ ਤੁਹਾਡਾ ਨੈਸ਼ਨਲ ਪੱਧਰ ਦੇ ਉੱਤੇ ਕੁਝ ਹੋਰ ਗੱਲ ਚੱਲ ਰਹੀ ਹੈ, ਖੇਤਰੀ ਪੱਧਰ ਤੇ ਤੁਸੀਂ ਕੁਝ ਹੋਰ ਕਰ ਰਹੇ ਹੋ। ਸਰ ਜੀ, ਸਵਾਲ ਇਹ ਹੈਗਾ ਕਿ ਸੂਬਾ ਸਿਆਸਤ ਕੁਝ ਹੋਰ ਸੋਚਦੀ ਹੈ, ਹਾਈਕਮਾਂਡ ਕੁਝ ਹੋਰ ਸੋਚਦੀ ਹੈ, ਅਖੀਰ ਤਾਂ ਫਿਰ ਹਾਈਕਮਾਂਡ ਦੀ ਮੰਨਣੀ ਪੈਣੀ ਹੈ ਨਾ। ਦੇਖੋ, ਤੁਸੀਂ ਪਹਿਲਾਂ ਮੈਨੂੰ ਪੰਜਾਬ ਦੀ ਮੈਂ ਗੱਲ ਕਰਨ ਲੱਗਿਆ ਸੀ, ਤੁਸੀਂ ਟੋਪਿਆ, ਲੇਕਿਨ ਅਲਟੀਮੇਟਲੀ ਗੱਲ ਪੰਜਾਬ 'ਤੇ ਆ ਗਈ। ਪੰਜਾਬ ਦੀ ਸਾਡੀ ਯੂਨਿਟ ਬਹੁਤ ਸਖਤ ਲਫਜ਼ਾਂ ਦੇ ਵਿੱਚ ਆਪਣੇ ਹਾਈਕਮਾਂਡ ਤੱਕ ਇਹ ਗੱਲ ਪਹੁੰਚਾ ਰਹੀ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਾ, ਬਿਲਕੁਲ ਨਹੀਂ ਕਰਨਾ ਸੀ ਸਮਝੌਤਾ, ਅਸੀਂ ਬੜੇ ਠੋਕ ਵਜਾ ਕੇ ਕਹਿ ਰਹੇ ਹਾਂ। ਉਹ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਤੇ ਅਗਰ ਦੇਖੋ ਗੱਲ ਇਹ ਹੈਗੀ ਹੈ, ਅਲਟੀਮੇਟਲੀ ਜਿਹੜੀ ਗੱਲ, ਦੇਖੋ ਫੈਸਲਾ ਤਾਂ ਹਾਈਕਮਾਂਡ ਨਹੀਂ ਕਰਨਾ ਹੁੰਦਾ, ਸਟੇਟ ਯੂਨਿਟ ਨੇ ਮੰਨਣਾ ਹੁੰਦਾ। ਲੇਕਿਨ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੋਏਗੀ। ਸਾਡੇ ਪਾਰਟੀ ਦੇ ਵਿੱਚ ਇੱਦਾਂ ਦੀ ਬਹੁਤ ਵੱਡੀ ਪਾਰਟੀ ਹੈਗੀ ਹੈ, ਇਹਦੇ ਵਿੱਚ ਬੜੀਆਂ ਧਰਾਵਾਂ ਚੱਲਦੀਆਂ ਨੇ, ਦਰਿਆ ਚੱਲਦੇ ਨੇ, ਨਹਿਰਾਂ ਚੱਲਦੀਆਂ ਨੇ, ਇਹ ਸਾਰਾ ਕੁਝ ਸਮਾ ਜਾਂਦਾ ਨਹੀਂ ਸੁੱਕੀਆਂ। ਇਹ ਦੱਸਾਂਗੇ ਤੁਹਾਨੂੰ ਕਿਵੇਂ ਜਿਹੜੇ ਤੁਹਾਡੀਆਂ ਸਕਾਵਾਂਗੇ, ਚਿੰਤਾ ਨਾ ਕਰੋ। ਹੁਣ ਤੁਸੀਂ ਗੱਲ ਸੁਣੋ, ਪੰਜਾਬ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਦੇ ਲੋਕ ਬਿਨਾਂ ਕੋਈ ਸੀਟ ਲੈ ਆ, ਸਾਨੂੰ ਵੋਟਾਂ ਬੰਦ, ਸਾਨੂੰ ਕੀ ਇਤਰਾਜ਼ ਹੈਗਾ? ਦਿੱਲੀ ਚ ਲੈ ਲੈਣ ਜਿਹੜੇ ਇੱਕ ਅੱਧੀ ਸੀਟ। ਅੱਛਾ, ਤੁਸੀਂ ਸੀਟ ਕੋਈ ਨਹੀਂ ਦੇਣੀ? ਨਾ, ਵੈਸੇ ਗੱਠਜੋੜ ਲਈ ਤਿਆਰ ਹੋ ਗਏ? ਨਹੀਂ ਨਹੀਂ, ਵੋਟਾਂ ਪਾ ਮਹਿਸੂਸ ਕਰਦੇ ਹੋਣਗੇ ਜੋ ਅਸੀਂ 2014 ਤੇ 2016 ਚ ਕਹਿੰਦੇ ਰਹੇ ਹਾਂ ਕਿ ਜਿਹੜਾ ਤੁਹਾਨੂੰ ਇੰਨਾ ਪਾਰਾ ਚੜਿਆ ਹੋਇਆ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਦਲਾਅ ਲਿਆਉਣ ਲਈ ਵਲੰਟੀਅਰ ਸੋਚ ਜਿਹੜੀ ਉਹ ਅਪਣਾਉਣੀ ਹੈ, ਆ ਹੈ ਵਲੰਟੀਅਰ ਸੋਚ ਦਾ। ਚਲੋ ਜੀ ਇਹ ਚਲੋ ਠੀਕ ਹੈ, ਚਾਹੇ ਹਾਸੇ ਹਾਸੇ ਜੀ ਗੱਲ ਹੋਈ ਹੈ, ਇਹ ਇਹ ਸਿਆਸਤ ਹੈ ਜਿਹੜੀ ਬਦਲਾਅ ਲਿਆਊਗੀ, ਇਹ ਇਹੋ ਜਿਹੀ ਸਿਆਸਤ? ਦੇਖੋ, ਇਹ ਦੁਖਾਂਤ ਹੈ ਸਾਡਾ ਸਾਰਿਆਂ ਦਾ ਹੀ ਵੀ ਹੁਣ ਸਿਧਾਂਤਾਂ 'ਤੇ, ਅਸੂਲਾਂ 'ਤੇ, ਵਿਚਾਰਧਾਰਾ 'ਤੇ ਤਾਂ ਸਿਆਸਤ ਖੜੀ ਨਹੀਂ। ਪਰ ਮੈਂ ਭੁੱਲ ਨਾ ਜਾਵਾਂ, ਮੈਂ ਸਵੈ ਸਾਹਿਬ ਦੇ ਇੱਕ ਸਵਾਲ ਦਾ ਜਵਾਬ, ਸਵਾਲ ਕੀ ਗੱਲ ਹੀ ਕਰਨਾ ਚਾਹੁੰਦਾ। ਮੈਨੂੰ ਪੰਜਾਬ ਦੀ ਗੱਲ ਕਰੀਏ, ਪੰਜਾਬ ਦਾ ਕਾਂਗਰਸ ਦਾ ਯੂਨਿਟ, ਪੰਜਾਬ ਦਾ BJP ਦਾ ਯੂਨਿਟ, ਪੰਜਾਬ ਦਾ ਆਮ ਆਦਮੀ ਪਾਰਟੀ ਦਾ ਯੂਨਿਟ ਵਿਚਾਰਾ ਲੱਗਦਾ। ਸਵੈ ਸਾਹਿਬ ਕਹਿੰਦੇ ਵੀ ਪੰਜਾਬ ਯੂਨਿਟ ਨੇ ਬੜੇ ਸਖਤ ਸ਼ਬਦਾਂ 'ਚ ਕਹਿ ਦਿੱਤਾ ਵੀ ਆਪ ਨਾਲ ਸਮਝੌਤਾ ਕਰਨ ਦਾ ਫਾਇਦਾ ਨਹੀਂ, ਪਰ ਜੇ ਹਾਈਕਮਾਂਡ ਕਰੂਗੇ ਤਾਂ ਮੰਨਣਾ। ਕੌਣ ਹਾਈਕਮਾਂਡ? ਮਤਲਬ ਜੇ ਕਮਾਂਡਰ ਪੰਜਾਬ ਦਾ ਜਿਹੜਾ ਉਹ ਸਮਝਦਾ ਸਾਰੀ ਗੱਲ, ਜੇ ਭਗਵੰਤ ਮਾਨ ਇਹ ਸਮਝਦਾ ਹੈ, ਜੇ BJP ਦਾ ਪ੍ਰਧਾਨ ਇਹ ਸਮਝਦਾ ਵੀ ਇੱਦਾਂ ਕਰਨਾ ਚਾਹੀਦਾ, ਇਹਦਾ ਮਤਲਬ ਇਹ ਤਾਂ ਕਠਪੁਤਲੀਆਂ ਹੋ ਗਈਆਂ ਨਾ। ਤੇ BJP ਸਟੇਟ ਇਕਾਈ ਤੁਸੀਂ ਮੈਂ ਸਿਆਸਤ, ਹਾਂਜੀ BJP ਸਟੇਟ ਇਕਾਈ ਤਾਂ ਕਿੰਨੀ ਵਾਰੀ ਕਹਿੰਦੇ ਅਕਾਲੀ ਨਾਲ ਗੱਠਜੋੜ ਤੋੜਨਾ?
पार्लियामेंट दे अगर साडा जिहड़ा मुख उद्देश हैगा बीजेपी दे खिलाफ अगर सानू पूरे देश दे विच जे हाई कमांड नूं लगदा कि असीं कोई सैटलमेंट किसे नाल करके ਸਾਡੇ ਸੀਟਾਂ ਵਧੀਆਂ ਨੇ ਸਰ ਜੀ ਪੂਰੇ ਉਸ ਉਦੇਸ਼ ਨਾਲ ਚੱਲ ਰਹੇ ਹਾਂ ਸਵੈ ਸਾਹਿਬ ਸਵੈ ਸਾਹਿਬ ਕੋਈ ਹੋਰ ਬ੍ਰੇਕ ਲੈਣੀ ਬ੍ਰੇਕ ਤੋਂ ਪਹਿਲਾਂ ਪੁਲਿਸ ਆ ਰਿਹਾ ਕੋਈ ਨਾ ਬ੍ਰੇਕ ਲੈਣੀ ਹੈ ਆਮ ਆਦਮੀ ਪਾਰਟੀ ਦਾ ਗੱਠਜੋੜ ਕਰਕੇ ਸਦਨ ਦੇ ਵਿੱਚ ਐਲਓਪੀ ਨੂੰ ਤੁਸੀਂ ਆਦੀ ਗੱਡੀ ਬਿਠਾਇਆ ਕਰੋ ਓਏ ਕਿਉਂ ਜੀ ਗੱਲਾਂ ਕਰਦੇ ਪਏ ਹੋ ਅਸੂਲ ਕਿੱਥੇ ਗਏ ਲੋਕ ਸਭਾ ਦੀ ਗੱਲ ਲੋਕ ਸਭਾ ਦੀ ਲੋਕ ਸਭਾ ਦੀ ਕੀ ਗੱਲ ਹੈ ਗੱਲ ਤੇ ਸਿਧਾਂਤਾਂ ਦੀ ਹੈ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੁਹਾਡੇ ਹਿੱਤ ਇਹਨਾਂ ਦੇ ਅੱਗੇ ਨਹੀਂ ਹੈਗੇ ਇਹਨਾਂ ਦੇ ਆਪਦੇ ਹਿੱਤ ਹੈਗੇ ਅੱਗੇ ਕਿਉਂਕਿ ਸਵਾਲ ਇਹ ਹੈਗਾ ਕਿ ਇਕੱਲਾ ਮੋਦੀ ਨੂੰ ਭਜਾਉਣਾ ਹੈਗਾ ਬੀਜੇਪੀ ਨੂੰ ਹਰਾਉਣਾ ਹੈਗਾ ਇਹ ਏਜੰਡਾ ਲੈ ਕੇ ਚੱਲਦੇ ਹੈਗੇ ਆ ਕੋਈ ਇਹ ਗੱਲ ਕਰਦਾ ਪਿਆ ਬੇਰੁਜ਼ਗਾਰ ਨੂੰ ਹਰਾਉਣਾ ਹੈਗਾ ਗਰੀਬੀ ਨੂੰ ਭਜਾਉਣਾ ਹੈਗਾ ਕੋਈ ਇਹ ਗੱਲ ਨਹੀਂ ਕਰਦਾ ਪਿਆ ਹੈਗਾ ਗੱਲ ਇਹ ਕਰਦੇ ਪਿਆ ਮੈਂ ਪ੍ਰਧਾਨ ਮੰਤਰੀ ਬਣੂੰਗਾ ਮੈਂ ਪ੍ਰਧਾਨ ਮੰਤਰੀ ਬਣੂੰਗੀ ਸਵਾਲ ਇੱਥੇ ਆ ਕੇ ਰੁਕਦਾ ਹੈਗਾ ਸਿਰਫ ਕੁਰਸੀ ਚਾਹੀਦੀ ਹੈ ਅਤੇ ਜੋ ਕੁਰਸੀ 'ਤੇ ਮਸਲਾ ਖੜਾ ਹੋ ਜਾਂਦਾ ਫਿਰ ਤੁਸੀਂ ਕੁਰਸੀ ਦੇ ਵਿੱਚ ਕਿੱਥੇ ਹੋ ਮੇਰੇ ਤੋਂ ਵਾਪਸ ਆ ਰਹੇ ਗੱਠਜੋੜ ਦੀ ਗਰਾਰੀ ਕਿੱਥੇ ਫਸੀ ਹੈ ਸਵਾਲ ਇੱਕੋ ਪੁੱਛ ਰਿਹਾ ਵੱਡਾ ਸਵਾਲ ਅਸੀਂ ਇਹ ਪੁੱਛਿਆ ਕਿ ਮਿਸ਼ਨ 2019 ਦੇ ਗੱਠਜੋੜ ਲਈ ਸਿਆਸੀ ਕੁਰਬਾਨੀ ਦੇਣ ਨੂੰ ਕੋਈ ਤਿਆਰ ਹੋਵੇਗਾ ਸਿਆਸੀ ਕੁਰਬਾਨੀ ਵਾਲਾ ਸਵਾਲ ਮਿਲਣਾ ਤਾਂ ਹੁਣ ਬੇਮਾਨਾ ਹੋ ਗਿਆ ਜਿਸ ਤਰੀਕੇ ਨਾਲ ਇਹ ਚਰਚਾ ਚੱਲ ਰਹੀ ਹੈ ਸਵੈ ਸਾਹਿਬ ਤੁਸੀਂ ਆਪਣੀ ਗੱਲ ਪੂਰੀ ਕਰੋ ਫਟਾਫਟ ਮੈਂ ਜੋ ਗੱਲ ਕਹਿਣਾ ਚਾਹੁੰਦਾ ਤੁਸੀਂ ਬਾਰ ਬਾਰ ਕਹਿ ਰਹੇ ਕੁਰਸੀ ਦੀ ਪ੍ਰਧਾਨ ਮੰਤਰੀ ਬਣਦੀ ਇਹ ਨਹੀਂ ਤੁਸੀਂ ਦੇਖੋ ਜੀ ਬੀਜੇਪੀ ਨੇ ਦੇਸ਼ ਦੇ ਸਾਰੀਆਂ ਸੰਸਥਾਵਾਂ ਦਾ ਇਹਨਾਂ ਨੇ ਸੁਪਰੀਮ ਕੋਰਟ ਤੇ ਅਟੈਕ ਕੀਤਾ ਇਹਨਾਂ ਨੇ ਆਰਬੀਆਈ ਸਾਰੀ ਗੱਲਾਂ ਮੰਨੀਆਂ ਸੁਹੇ ਸਾਹਿਬ ਸਾਰੀ ਗੱਲਾਂ ਮੰਨੀਆਂ ਸਾਰੀ ਗੱਲਾਂ ਮੰਨੀ ਨਹੀਂ ਤੁਹਾਡਾ ਕਾਮਨ ਮਿਨਿਮਮ ਪ੍ਰੋਗਰਾਮ ਬਣ ਚੁੱਕਿਆ ਸਾਡਾ ਕਾਮਨ ਮਿਨੀ ਪ੍ਰੋਗਰਾਮ ਬਣਿਆ ਸਾਰਿਆਂ ਦਾ ਕਿਸੇ ਦੀ ਸਹਿਮਤੀ ਹੋਈ ਆ ਵੀ ਕਿਹੜਾ ਤੁਹਾਡਾ ਉਮੀਦਵਾਰ ਹੋਏਗਾ ਰਾਹੁਲ ਗਾਂਧੀ ਸਾਹਿਬ ਪੀਐਮ ਦੀ ਰੇਸ ਵਿੱਚ ਹੈ ਯਾਰ ਪੁੱਠਾ ਸਵਾਲ ਕਿਉਂ ਕਰਦੇ ਹੋ ਅਗਰ 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 ਕਾਂਗਰਸ ਪਾਰਟੀ ਆਉਂਦੀ ਹੈ ਖੜੇ ਹੋ ਕੇ ਪ੍ਰਧਾਨ ਸਾਹਿਬ ਤੁਹਾਡੇ ਸਟੇਜ ਤੇ ਖੜੇ ਹੋ ਕੇ ਅਗਰ ਆਪ ਨੂੰ ਕਹਿੰਦਾ ਅਗਰ ਕਾਂਗਰਸ ਪਾਰਟੀ ਮੈਜੋਰਟੀ ਚ ਆਂਦੀ ਹੈਗੀ ਹੈ ਤੇ ਆਬਵੀਅਸਲੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਉਮੀਦਵਾਰ ਹੋਣਗੇ ਜੇ ਮੈਜੋਰਟੀ ਨਹੀਂ ਹੋਵੇ ਤਾਂ ਕਿਵੇਂ ਹੈ ਜੇ ਨਹੀਂ ਆਉਂਦੇ ਫਿਰ ਰਾਹੁਲ ਗਾਂਧੀ ਜਿਹੜਾ ਫਿਰ ਆਗੂ ਬਣੇਗਾ ਫਿਰ ਰਾਹੁਲ ਗਾਂਧੀ ਦੀ ਕੁਰਬਾਨੀ ਹੋਵੇਗੀ ਅੱਗੇ ਉਹ ਬਣੇਗਾ ਇਹਦੇ ਤੁਸੀਂ ਗਰਵਾਨੇ ਨਹੀਂ ਸਾਹਿਬ ਸਾਹਿਬ ਦਾ ਸਵਾਲ ਹੀ ਪੁੱਠਾ ਸਵਾਲ ਪਤਾ ਨਹੀਂ ਅੱਜ ਮੈਨੂੰ ਲੱਗਦਾ ਸਵਾਲ ਹੀ ਨਹੀਂ ਕਰਨੇ ਆ ਰਹੇ ਸਾਹਿਬ ਬਿਲਕੁਲ ਨਹੀਂ ਆ ਰਹੇ ਬਿਲਕੁਲ ਨਹੀਂ ਕਰਨੇ ਆ ਰਹੇ ਪੁੱਲਰ ਸਾਹਿਬ ਇਲੈਕਸ਼ਨ ਨੂੰ ਠੀਕ ਹੈ ਬਿਲਕੁਲ ਉਲਟ ਪਾਸੇ ਇਹਨਾਂ ਨੇ ਇੱਕ ਗੱਲ ਕਹੀ ਸੀ ਡਿਕਟੇਟਰਸ਼ਿਪ ਠੀਕ ਹੈ ਸਵਾਲ ਸਾਹਿਬ ਤੁਹਾਡੀ ਗੱਲ ਆ ਗਈ ਹੈ ਤੁਹਾਡੀ ਗੱਲ ਆ ਗਈ ਹੈ ਪਰਪਸ ਇਹ ਹੈਗਾ ਬੀਜੇਪੀ ਨੂੰ ਪਾਸੇ ਤੁਹਾਡੀ ਗੱਲ ਆ ਗਈ ਹੈ ਪੁੱਲਰ ਸਾਹਿਬ ਇਹਨਾਂ ਨੇ ਗੱਲ ਇੱਕ ਕਹੀ ਸੀ ਡਿਕਟੇਟਰਸ਼ਿਪ ਦੀ ਮੇਰਾ ਸਵਾਲ ਹੈਗਾ ਕਿ ਮੋਦੀ ਸਾਹਿਬ ਤੇ ਇਲਜ਼ਾਮ ਲੱਗਦੇ ਕਿ ਡਿਕਟੇਟਰਸ਼ਿਪ ਕਰਦੇ ਆ ਉਹ ਸਵਾਲ ਇਹ ਹੈਗਾ ਕਿ ਪੰਜਾਬ ਇਕਾਈ ਤੁਹਾਡੀ ਭਾਰਤੀ ਜਨਤਾ ਪਾਰਟੀ ਦੀ ਇੱਥੋਂ ਦੀ ਉਹਨਾਂ ਨੇ ਵਾਰ ਵਾਰ ਮੰਗ ਕੀਤੀ ਅਕਾਲੀ ਦਲ ਨਾਲ ਗੱਠਜੋੜ ਤੋੜ ਲਓ ਤੁਹਾਡੇ ਲੀਡਰਾਂ ਨੇ ਬਿਆਨ ਵੀ ਦਿੱਤੇ ਉਦੋਂ ਬਾਅਦ ਪ੍ਰਧਾਨ ਸਾਹਿਬ ਵੀ ਬਦਲ ਗਏ ਬੜਾ ਕੁਝ ਹੋ ਗਿਆ ਸਵਾਲ ਇਹ ਸੁਣਦਾ ਤੁਹਾਡੀ ਵੀ ਕੋਈ ਨਹੀਂ ਡਿਕਟੇਟਰ ਸ਼ਾਇਦ ਤੁਹਾਡੇ ਤੇ ਵੀ ਹਾਵੀ ਜਾਂਦਾ ਮਤਲਬ ਨਹੀਂ ਦੇਖੋ ਪੰਜਾਬ ਦੇ ਵਿੱਚ ਜੋ ਕੰਡੀਸ਼ਨ ਹੈ ਸਾਡੇ ਭਾਰਤੀ ਜਨਤਾ ਪਾਰਟੀ ਦੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਸ਼ੁਰੂਆਤ ਦੇ ਸੰਬੰਧ ਨੇ ਜਦੋਂ ਕੋਲੀਸ਼ਨ ਸਾਡੀ ਸਟਾਰਟ ਹੋਈ ਅਕਾਲੀ ਦਲ ਸਭ ਤੋਂ ਪਹਿਲਾਂ ਸ਼ਿਵ ਸੈਨਾ ਇਹ ਲੋਕ ਸਾਡੇ ਨਾਲ ਸੀਗੇ ਉਹਨਾਂ ਨਾਲ ਵੱਖ ਹੋਣਾ ਠੀਕ ਹੈ ਅਸੀਂ ਲੋਕਲ ਲੈਵਲ ਹਰ ਇੱਕ ਜਿਹੜਾ ਵਰਕਰ ਹੈ ਉਹਦੀ ਇੱਕ ਚਾਹ ਹੁੰਦੀ ਕਿ ਮੈਂ ਵੀ ਇਲੈਕਸ਼ਨ ਲੜਾਂ ਅਸੀਂ 23 ਸੀਟਾਂ ਦੇ ਇਲੈਕਸ਼ਨ ਲੜਦੇ ਹਾਂ 117 ਸੀਟਾਂ 'ਤੇ ਕਿਉਂ ਨਹੀਂ ਲੜ ਸਕਦੇ ਕਿਉਂਕਿ ਅੱਜ ਬੀਜੇਪੀ ਹਰ ਜ਼ਿਲ੍ਹੇ ਦੇ ਵਿੱਚ ਹੈਗੀ ਹੈ ਪਿੰਡ ਪਿੰਡ 'ਚ ਹੈਗੀ ਹੈ ਹਰ ਸ਼ਹਿਰ 'ਚ ਅੱਜ ਦੇ ਡੇਟ 'ਚ ਹੈਗੀ ਹੈ ਲੇਕਿਨ ਜਦੋਂ ਹਾਈ ਕਮਾਂਡ ਜਿਹੜੀ ਹੈ ਉਹ ਇਹ ਦੇਖਦੀ ਹੈ ਕਿ ਅਸੀਂ ਅਗਰ ਕੋਈ ਗੇਨ ਲੈ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਮਹਾਰਾਸ਼ਟਰ 'ਚ ਕੀਤਾ ਅਸੀਂ ਅਲੱਗ ਹੋ ਕੇ ਲੜੇ ਅਸੀਂ ਗੇਨ ਕੀਤਾ ਉੱਥੇ ਹਰਿਆਣਾ 'ਚ ਕੀਤਾ ਅਸੀਂ ਅਲੱਗ ਹੋ ਕੇ ਲੜੇ ਅਸੀਂ ਗੇਨ ਕੀਤਾ ਉੱਥੇ ਪੰਜਾਬ 'ਚ ਉਨਾ ਗੇਨ ਸਾਨੂੰ ਨਹੀਂ ਮਿਲਦਾ ਹੈਗਾ ਇਸ ਕਰਕੇ ਜਿਹੜੀ ਚੀਜ਼ ਅਗਰ ਸਮਝੌਤਾ ਕੀਤਾ ਮਿਲਦੀ ਹੈ ਤਾਂ ਅਸੀਂ ਸਮਝੌਤਾ ਕਰਾਂਗੇ ਦੂਸਰਾ ਸਾਡਾ ਕੋਈ ਐਸਾ ਸਮਝੌਤਾ ਨਹੀਂ ਹੈ ਕਿ ਜਿਹੜਾ ਤੱਥਾਂ ਦੇ ਆਧਾਰਤ ਨਾ ਹੋਵੇ ਸਿਧਾਂਤ ਦੇ ਆਧਾਰਤ ਨਾ ਹੋਵੇ ਜਿਸ ਤਰ੍ਹਾਂ ਕਿ ਹੁਣ ਕਰਨ ਨੂੰ ਜਾ ਰਹੇ ਨੇ ਵੀ ਤੁਸੀਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੋ ਅਲੱਗ ਅਲੱਗ ਸਟੇਜ ਦੇ ਉੱਤੇ ਔਰ ਉਸ ਤੋਂ ਬਾਅਦ ਤੁਸੀਂ ਇਕੱਠੇ ਹੋ ਕੇ ਵਿਧਾਨ ਸਭਾ 'ਚ ਬੈਠੋ ਅਤੇ ਕੀ ਮੈਂ ਕਹਿੰਦਾ ਸਵੈਟ ਸਾਹਿਬ ਕੱਲ੍ਹ ਨੂੰ ਆਮ ਆਦਮੀ ਪਾਰਟੀ ਨੂੰ ਮੰਤਰਾਲੇ ਵਿੱਚ ਛੱਡੋਗੇ ਤੁਸੀਂ ਵੀ ਇੱਕ ਦੂਜੇ ਨੂੰ ਕੱਢਦੇ ਰਹੇ ਹੋ ਸ਼ਿਵ ਸੈਨਾ ਅਤੇ ਬੀਜੇਪੀ ਜੇਡੀਯੂ ਨਾਲ ਤੁਹਾਡਾ ਰੇਡਕਾ ਚੱਲਦਾ ਰਿਹਾ ਇੱਕ ਦੂਜੇ ਨੂੰ ਗਾਲਾਂ ਤੁਸੀਂ ਵੀ ਕੱਢਦੇ ਰਹੇ ਹੁਣ ਤੁਸੀਂ ਜੱਫੀਆਂ ਪਾਈ ਜਾਂਦੇ ਹੋ ਦੇਖੋ ਸਾਡਾ ਸ਼ਿਵ ਸੈਨਾ ਨਾਲ ਸਮਝੌਤਾ ਰਿਹਾ ਸਾਡਾ ਕਦੀ ਉਹਦੇ ਨਾਲ ਅਲੱਗ ਨਹੀਂ ਹੋਏ ਠੀਕ ਹੈ ਵਿਚਾਰਾਂ ਦਾ ਵਿਚਾਰ ਕਿਤੇ ਅਲੱਗ ਹੋਏ ਅਸੀਂ ਅਸੀਂ ਅੱਜ ਦੇਖੋ ਤੁਸੀਂ ਸਰ ਸੇਮ ਸੀਟਾਂ ਜਿਹੜੀਆਂ ਵੰਡ ਹੋਈ ਆ ਉੱਥੇ
ਅੱਜ ਵੀ ਸਾਂਝ ਨਾਲ ਤੁਰ ਰਹੇ ਇਹ ਨਾ ਕਦੇ ਲੱਗ ਨਹੀਂ ਹੋਏ ਇਹ ਨਾ ਠੀਕ ਹੈ ਅੱਜ ਵੀ ਸਾਂਝ ਤੁਰ ਰਹੇ ਇੱਥੇ ਤੇ ਉਹ ਕੁਨਵੇ ਇਕੱਠੇ ਹੋ ਰਹੇ ਆ ਜਿਨ੍ਹਾਂ ਨੇ ਕਦੀ ਇੱਕ ਦੂਜੇ ਦਾ ਸਾਥ ਦਿੱਤਾ ਹੀ ਨਹੀਂ ਠੀਕ ਹੈ ਕੈਪਟਨ ਬਿਕਰੀ ਜੀ ਸਵਾਲ ਤੁਹਾਡੇ ਕੋਲ ਵੀ ਸੇਮ ਹੀ ਹੈ ਇੱਕ ਵੀ ਪੰਜਾਬ ਆਮ ਆਦਮੀ ਪਾਰਟੀ ਦੀ ਇਕਾਈ ਦੀ ਹਾਈ ਕਮਾਂਡ ਵੀ ਨਹੀਂ ਸੁਣਦਾ ਦੇਖੋ ਇਹ ਜਿਹੜਾ ਤੁਸੀਂ ਮੈਂ ਵੇਖ ਰਿਹਾ ਕੁਛ ਚਿਰ ਤੋਂ ਤੁਸੀਂ ਆਹ ਲਫ਼ਜ਼ ਵਰਤ ਰਹੇ ਡਿਕਟੇਟੋਰੀਅਲ ਡਿਕਟੇਟਰ ਇਹ ਹਰ ਇੱਕ ਪਾਰਟੀ ਦਾ ਇੱਕ ਨਿਯਮ ਹੈ ਹਰ ਇੱਕ ਪੋਲੀਟੀਕਲ ਪਾਰਟੀ ਇਹਨੂੰ ਡਿਕਟੇਟਰਸ਼ਿਪ ਨਹੀਂ ਮੈਂ ਕਹੂੰਗਾ ਇਹ ਦੇਖੋ ਹਰ ਇੱਕ ਬੰਦੇ ਦਾ ਹੱਕ ਹੈ ਇੱਕ ਸੰਸਥਾ ਕੋਈ ਕਾਰਪੋਰੇਸ਼ਨ ਹੈ ਕੋਈ ਪੋਲੀਟੀਕਲ ਪਾਰਟੀ ਹੈ ਲੋਕ ਥੱਲੋਂ ਫੀਡਬੈਕ ਦਿੰਦੇ ਨੇ ਉਹ ਜਿਹੜਾ ਡਿਸੀਜਨ ਅਲਟੀਮੇਟਲੀ ਜਿਹੜਾ ਟੌਪ ਬੌਸ ਹੈ ਉਹਨੇ ਲੈਣੀ ਆ ਇਹ ਡਿਸਿਪਲਿਨ ਹੁੰਦਾ ਹੈ ਇਹ ਡਿਕਟੇਟਰਸ਼ਿਪ ਨਹੀਂ ਹੁੰਦੀ ਇਹਦਾ ਮਤਲਬ ਕੈਪਟਨ ਬਿਕਰਮਜੀਤ ਮੈਂ ਤੁਹਾਡੇ ਸਵਾਲ ਤੋਂ ਅੱਗੇ ਵੱਧ ਰਿਹਾ ਇਹਦਾ ਮਤਲਬ ਇਹ ਹੈ ਕਿ ਮਹੱਲਾ ਸਭਾ ਕਰਨੀ ਆ ਉਹ ਸਿਰਫ ਇੱਕ ਦਿਖਾਵਾ ਹੈਗਾ ਕਿਉਂ ਫੈਸਲਾ ਤਾਂ ਉੱਪਰਲਿਆਂ ਨਹੀਂ ਕਰਨਾ ਉਹ ਇਹਨੂੰ 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 ਮਹੱਲਿਆਂ 'ਚੋਂ ਗੱਲ ਕਹਿੰਦੇ ਨਾ ਮਹੱਲਿਆਂ 'ਚੋਂ ਗੱਲ ਉੱਠਦੀ ਆ ਨਾ ਸੁਣਦੇ ਨਹੀਂ ਪਿਆ ਮਹੱਲਾ ਸਭਾ ਤੋਂ ਫੀਡਬੈਕ ਹੈ ਜੇ ਫੀਡਬੈਕ ਜੋ ਹੈ ਉਹਦੇ ਬੇਸ ਤੇ ਲੈਂਦੇ ਆ ਤੁਸੀਂ ਇੱਥੇ ਕੋਈ ਡਿਸੀਜਨ ਦਿੰਦੇ ਹੋ ਤੁਸੀਂ ਆਪਣੀ ਕੰਪਨੀ ਆਪਣੇ ਬੌਸ ਨੂੰ ਕੋਈ ਡਿਸੀਜਨ ਦਿੰਦੇ ਹੋ ਅਲਟੀਮੇਟਲੀ ਡਿਸੀਜਨ ਬੌਸ ਦੀ ਹੈ ਤੁਸੀਂ ਫੀਡਬੈਕ ਦੇਤੀ ਇਹਨੂੰ ਆਪਾਂ ਡਿਕਟੇਟਰਸ਼ਿਪ ਥੋੜੀ ਕਹਾਂਗੇ ਇਹਨੂੰ ਡਿਸਿਪਲਿਨ ਕਹਾਂਗੇ ਕਿਸ ਤਰੀਕੇ ਨਾਲ ਤੁਸੀਂ ਉਦਾਹਰਣ ਦੇ ਦਿੰਦੇ ਹੋ ਕੈਪਟਨ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਤੁਸੀਂ ਸਮਝੌਤਾ ਕੀਤਾ ਸੀ ਕਾਂਗਰਸ ਨਾਲ ਦਿੱਲੀ ਦੇ ਵਿੱਚ ਚਾਰ ਦਿਨ ਨਹੀਂ ਚੱਲਿਆ ਸੀ ਠੀਕ ਹੈ ਚਾਰ ਦਿਨ ਬਾਅਦ ਸਰਕਾਰ ਤੋਂ ਬਾਹਰ ਆ ਗਈ ਦੁਬਾਰਾ ਇਲੈਕਸ਼ਨ ਹੋਈ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਅੱਜ ਸਿਰਫ ਇਸ ਕਰਕੇ ਮੈਂ ਤੁਹਾਨੂੰ ਡਰ ਲੱਗਦਾ ਅੱਜ ਅੱਜ ਬੀਜੇਪੀ ਅੱਜ ਬੀਜੇਪੀ ਨੂੰ ਹਰਾਉਣਾ ਤੇ ਸਾਫ਼ ਹੋ ਗਏ ਸੀਗੇ ਉਹਨਾਂ ਨੇ ਅੱਜ ਦਿਨੇ ਸਰਕਾਰ ਚ ਤੁਸੀਂ ਤਾਂ ਸਾਫ਼ ਹੋ ਗਏ ਸੀਗੇ ਅੱਜ ਵੀ ਤੁਹਾਡੇ ਕੋਲ ਉੱਥੇ ਕੁਝ ਨਹੀਂ ਹੈਗਾ ਅੱਜ ਬੀਜੇਪੀ ਨੂੰ ਹਰਾਉਣਾ ਮੈਂ ਤੁਹਾਡੇ ਕੋਲ ਦਿੱਲੀ ਚ ਅੱਜ ਬੀਜੇਪੀ ਨੂੰ ਹਰਾਉਣਾ ਕੋਈ ਸਮਝੌਤਾ ਨਹੀਂ ਹੈ ਇੱਕ ਮਿੰਟ ਕਰ ਲਾ ਸਿਰਫ ਹਰਾਉਣਾ ਜਿਹੜਾ ਸਿਰਫ ਮੋਦੀ ਨੂੰ ਪੈਸੇ ਰੱਖਣ ਵਾਸਤੇ ਮੈਂ ਨਾ ਪ੍ਰੈਕਟੀਕਲ ਦੀ ਗੱਲ ਕਰਦਾ ਕਿਉਂਕਿ ਮੈਂ ਫੀਲਡ ਚ ਹੁੰਦਾ ਨਹੀਂ ਉਹਨਾਂ ਨੇ ਤੁਹਾਡੇ ਡਿਕਟੇਟਰਸ਼ਿਪ ਦੇ ਸਵਾਲ ਚੁੱਕੇ ਹਾਂ ਇੱਕ ਗੱਲ ਦਾ ਜਵਾਬ ਦਿਓ ਜਦੋਂ ਸੱਜਣ ਕੁਮਾਰ ਨੂੰ ਅਦਾਲਤ ਨੇ ਸਜ਼ਾ ਦਿੱਤੀ ਵੀ ਸੱਚੀ ਮੁੱਚੀ ਇਹ ਸਿੱਖਾਂ ਦਾ ਕਾਤਲ ਸੀ ਉਹਦੇ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਅਤੇ ਸਾਰੀ ਟੀਮ ਨੇ ਸੈਕਟਰ 39 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਸਪਸ਼ਟ ਹੋ ਗਿਆ ਕਾਂਗਰਸ ਜਿਹੜੀ ਸਿੱਖਾਂ ਦੀ ਕਾਤਲ ਹੈ ਔਰ ਇਹਦੇ ਨਾਲ ਆਮ ਆਦਮੀ ਪਾਰਟੀ ਹੁਣ ਜ਼ਿੰਦਗੀ 'ਚ ਕਦੀ ਵੀ ਨਾਤਾ ਨਹੀਂ ਜੁੜੇਗੀ ਸਿਆਸੀ ਨਾਤਾ ਨਹੀਂ ਜੁੜੂ ਮੈਂ ਥੋੜ੍ਹਾ ਜਿਹਾ ਪੰਜਾਬ ਦੇ ਲੋਕਾਂ ਨੂੰ ਐਡਰੈਸ ਥੋੜ੍ਹਾ ਜਿਹਾ ਐਡ ਆਨ ਕਰਦਾ ਠੀਕ ਹੈ ਇਹ ਐਸਆਈਟੀ ਬਣਾਉਣ ਦਾ ਦਾਅਵਾ ਵੀ ਕਰਦੇ ਉੱਥੇ ਦਿੱਲੀ ਦੇ ਵਿੱਚ ਹੁਣ ਮੈਨੂੰ ਉਸ ਤੋਂ ਬਾਅਦ ਕਹਿੰਦੇ ਬੀਜੇਪੀ ਨੇ ਲੈ ਲਿਆ ਸਾਰਾ ਕੁਝ ਹਰਪਾਲ ਸਿੰਘ ਚੀਮਾ ਤੇ ਭਗਵੰਤ ਮਾਨ ਜਦੋਂ ਵੋਟ ਮੰਗਣ ਜਾਣਗੇ ਕਿਹੜੇ ਮੂੰਹ ਨਾਲ ਮੰਗਣਗੇ ਠੀਕ ਚਲੋ ਹੁਣ ਮੇਰੀ ਗੱਲ ਸੁਣੋ ਇੱਕ ਨਾ ਕਹਾਵਤ ਹੈ ਅੰਗਰੇਜ਼ੀ 'ਚ ਇਟ ਇਜ਼ ਬੈਟਰ ਟੂ ਲੂਜ਼ ਆ ਬੈਟਲ ਟੂ ਵਿਨ ਦ ਵਾਰ ਠੀਕ ਹੈ ਹੁਣ ਇਹਦੇ ਅੰਦਰ ਜਿਹੜਾ ਤੁਹਾਡਾ ਸਵਾਲ ਹੈ ਇੱਕ ਚਾਹੇ ਵਿਚਾਰਧਾਰਾ ਦਾ ਕਤਲ ਹੋ ਜਾਵੇ ਇਹ ਟੈਕਟੀਕਲ ਚਾਹੇ ਵਿਚਾਰਧਾਰਾ ਦਾ ਕਤਲ ਹੋ ਜਾਵੇ ਕੈਪਟਨ ਬਿਕਰਮਜੀਤ ਇਹਦਾ ਮਤਲਬ ਤੁਹਾਡੀ ਵਿਚਾਰਧਾਰਾ ਇਹ ਹੈ ਤੁਸੀਂ ਮੈਨੀਫੈਸਟੋ ਵਿੱਚ ਲਿਖਦੇ ਹੋ ਕਿ 84 ਦੇ ਪੀੜਤਾਂ ਨੂੰ ਇਨਸਾਫ ਦਵਾਇਆ ਜਾਊਗਾ ਤੁਹਾਡੀ ਵਿਚਾਰਧਾਰਾ ਇਹ ਕਹਿੰਦੀ ਹੈ ਫਿਰ ਹੁਣ ਨਾ ਸਾਡੀ ਵਿਚਾਰਧਾਰਾ ਇਹ ਅਸੀਂ ਕਹਿੰਦੇ ਆ ਕਿ ਇਸ ਵੇਲੇ ਸਾਰਿਆਂ ਤੋਂ ਵੱਡਾ ਥ੍ਰੈਟ ਕੌਣ ਹੈ ਮੁਲਕ ਲਈ ਫੰਡਾਮੈਂਟਲਿਜ਼ਮ ਕੌਣ ਲਿਆ ਰਿਹਾ ਮੁਲਕ ਚ ਸੁਣੋ ਪੋਲਰਾਈਜੇਸ਼ਨ ਕੌਣ ਕਰ ਰਿਹਾ ਮੋਦੀ ਕਰ ਰਿਹਾ ਇਹਦੇ ਫਿਰ ਐਡ ਕਰ ਦਿੰਦੇ ਵੀ ਮੋਦੀ ਸਾਹਿਬ ਨੂੰ ਹਰਾਉਣ ਲਈ ਜਿਹੜੇ ਸਿੱਖਾਂ ਦੇ ਕਾਤਲ ਨੇ ਉਹਨਾਂ ਲਈ ਤੁਸੀਂ ਵੋਟ ਮੰਗੋਗੇ ਮੇਰੀ ਗੱਲ ਸੁਣੋ ਵੱਡੀ ਚੀਜ਼ ਕਿਹੜੀ ਹੋ ਗਈ ਇੱਕ ਮਿੰਟ ਕਈ ਵਾਰੀ ਸਰਵਾਈਵਰ ਵਾਸਤੇ ਵਿਸ਼ ਵੀ ਪੀਣਾ ਪੈਂਦਾ ਵਿਸ਼ ਪੀਣਾ ਪੈਂਦਾ ਤੁਸੀਂ ਚੱਕ ਰਹੇ ਹੋ ਨਾ ਕਰਾਸੇ ਵੀ ਮੇਰਾ ਜ਼ਹਿਰ ਪੀਣਾ ਪੈਂਦਾ ਜ਼ਹਿਰ ਪੀਣਾ ਮੇਰਾ ਤੁਹਾਨੂੰ ਇਸ ਇਸ਼ੂ ਨੂੰ ਐਡਰੈਸ ਕਰਨਾ ਚਾਹੀਦਾ ਸੀ ਸਭ ਤੋਂ ਪਹਿਲਾਂ ਇਹੋ ਹੀ ਐਡਰੈਸ ਅਸੀਂ ਕੀਤਾ ਸੀ ਇਹ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਨਾਲ ਜਿਸ ਦਿਨ ਅਸੀਂ ਤੋੜ ਵਿਛੋੜਾ ਕੀਤਾ ਹੁਣ ਲਾਸਟ ਮੀਟਿੰਗ ਹੋਈ ਹੈ ਇਹ ਗੱਲਾਂ ਸਾਰੀਆਂ ਉਹਨਾਂ ਨਾਲ ਕੀਤੀਆਂ ਕਿ ਕੇਜਰੀਵਾਲ ਸਾਹਿਬ ਸਭ ਤੋਂ ਪਹਿਲਾਂ ਮੈਂ ਅੱਜ ਤੁਹਾਨੂੰ ਦੱਸਾਂ ਪੰਜਾਬ ਦੇ ਵਿੱਚੋਂ ਕੈਪਟਨ ਸਾਹਿਬ ਚਲੋ ਅੱਜ ਆ ਗਏ ਪਹਿਲਾਂ OSD ਰਹੇ ਨੇ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਦੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਕਰਨੈਲ ਸਿੰਘ ਪੀਰ ਮੁਹੰਮਦ ਸੀ ਜਿਹੜਾ ਕੇਜਰੀਵਾਲ ਨੂੰ ਅਤੇ ਫੂਲਕਾ ਸਾਹਿਬ ਅਸੀਂ ਮਿਲਦੇ ਰਹੇ ਜਦੋਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਔਰ ਨਵੰਬਰ 1984 ਦੇ ਜਿਹੜੀ ਅਸੀਂ ਭੁੱਖ ਹੜਤਾਲ ਰੱਖੀ ਸੀ ਦੋਸ਼ੀਆਂ ਦੇ ਖਿਲਾਫ਼ ਉਹ ਤਾਂ ਕੇਜਰੀਵਾਲ ਸਾਹਿਬ 3 ਦਿਨ ਸਾਡੇ ਨਾਲ ਬੈਠੇ ਰਹੇ ਲੇਕਿਨ ਜਦੋਂ ਉਹਨਾਂ ਨੇ ਹੁਣ ਹੱਥ ਮਿਲਾਉਣ ਦਾ ਬਿਲਕੁਲ ਇਹ ਸਿਰਫ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਬਾਕੀ ਸਭ ਕੁਝ ਤਾਂ ਹੋ ਗਿਆ ਕਿਉਂਕਿ ਜਿੰਨੇ ਤਰਲੇ ਜਿੰਨੀਆਂ ਮਿੰਨਤਾਂ ਅਤੇ ਜਿਸ ਤਰੀਕੇ ਦੇ ਨਾਲ ਪਿਛਲੇ 4 ਦਿਨਾਂ ਤੋਂ ਅਸੀਂ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਹੋਰਾਂ ਨੂੰ ਇਹੋ ਹੀ ਸਪਸ਼ਟ ਕੀਤਾ ਕਿ ਭਾਈ ਤੁਸੀਂ ਕਿਸ ਗੱਲ ਦਾ ਸਮਝੌਤਾ ਕਰਨਾ ਚਾਹੁੰਦੇ ਹੋ
ਤੁਹਾਡੇ ਲੀਡਰ ਜਿਹੜੇ ਆ ਮਨੀਸ਼ ਸਿਸੋਦੀਆ ਹੋਵੇ, ਸੰਜੇ ਸਿੰਘ ਹੋਵੇ, ਦਰਗੇਸ਼ ਪਾਠਕ ਹੋਵੇ ਜਾਂ ਜਿਹੜੇ ਕੇਜਰੀਵਾਲ ਸਾਹਿਬ, ਉਹ ਤਾਂ ਸਮਝੌਤਾ ਕਰਨ ਲਈ ਤਰਲੋ ਮੱਛੀ ਹੋਏ ਬੈਠੇ ਨੇ ਕਾਂਗਰਸ ਨਾਲ, ਅਤੇ ਕਾਂਗਰਸ ਜਿਹੜੀ ਹੈ ਉਸ ਨੂੰ ਅਸੀਂ ਸਿੱਧਾ ਇਹ ਕਈ ਵਾਰ ਕਹਿ ਚੁੱਕੇ ਹਾਂ ਜਨਤਕ ਤੌਰ 'ਤੇ ਕਿ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਕਮਲਨਾਥ ਅੱਜ ਉਹਨਾਂ ਦੀ ਪਾਰਟੀ ਦੇ ਵਿੱਚ ਬੈਠੇ ਹੋਏ ਆ, ਅਤੇ ਉਹਨਾਂ ਕਾਤਲਾਂ ਦੇ ਨਾਲ ਤੁਸੀਂ ਜਾ ਕੇ ਬੈਠੋਗੇ ਅਤੇ ਸਾਡੇ ਲਈ ਤਾਂ ਤੁਸੀਂ ਵੀ ਉਹਨੇ ਕਾਤਲ ਬਣ ਗਏ। ਇਸ ਕਰਕੇ ਅਜਿਹੇ ਹਾਲਾਤਾਂ ਦੇ ਵਿੱਚ ਦੇਖੋ, ਇੱਥੇ ਸਵੈਦ ਸਾਹਿਬ ਬੈਠੇ ਨੇ, ਇਹ ਵੀ ਮੰਨਦੇ ਨੇ ਕਿ ਨਵੰਬਰ 1984 ਸਿੱਖ ਨਸਲਕੁਸ਼ੀ, ਇਹ ਸਿੱਖਾਂ ਦੇ ਉੱਤੇ ਇੱਕ ਬੜਾ ਵੱਡਾ ਜਿਹੜਾ ਇੱਕ ਨਸਲਕੁਸ਼ੀ ਕੀਤੀ ਗਈ, ਉਹ ਕਾਂਗਰਸ ਦੇ ਉੱਤੇ ਇਹ ਮੰਨੇ ਆ ਕਿ ਇਹ ਸਾਡੇ ਉੱਤੇ ਧੱਬਾ ਹੈ, ਸਾਡੇ ਮੱਥੇ 'ਤੇ ਕਲੰਕ ਹੈ। ਲੇਕਿਨ ਉਹ ਕਲੰਕ ਦੇ ਹੁਣ ਭਾਗੀਦਾਰ ਇਹ ਕਿਉਂ ਬਣ ਰਹੇ ਨੇ? ਇਹਨਾਂ ਨੂੰ ਕੀ ਉੱਥੋਂ ਲੱਭੇਗਾ? ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਖਤਮ ਹੋ ਗਈ, ਪਹਿਲਾਂ ਹੀ ਖਤਮ ਹੋਈ, ਹੁਣ ਹੋਰ ਕਰ ਦੇਣਗੇ। ਸੋ ਖਤਮ ਹੋਈ ਜਿਹਨਾਂ ਤੁਸੀਂ ਕਦੋਂ ਤੁਰਨਾ ਚਾਹੁੰਦੇ ਸੀ? ਅਸੀਂ ਕਦੋਂ ਤੁਰਨਾ ਚਾਹੁੰਦੇ? ਅਸੀਂ ਕਦੋਂ ਤੁਰਨਾ ਚਾਹੁੰਦੇ ਸੀ? ਅਸੀਂ ਬਿਲਕੁਲ ਕਦੇ ਨਹੀਂ ਤੁਰਨਾ ਚਾਹੁੰਦੇ। ਇੱਕ ਆਪੋਜੀਸ਼ਨ ਪਾਰਟੀ ਮੇਨ ਖਤਮ ਹੋਈ ਚੀਜ਼ ਦੇ ਨਾਲ ਤੁਸੀਂ ਕੋਈ ਲੱਗਣਾ ਚਾਹੁੰਦੇ? ਹਾਂਜੀ, ਖਤਮ ਹੋਈ ਚੀਜ਼ ਦੇ ਨਾਲ ਤੁਸੀਂ ਦੇਖੋ, ਜੇ ਕੋਈ ਸਮਝੌਤੇ ਲਈ ਕੋਈ ਵੀ ਬੰਦਾ ਹੱਥ ਮਿਲਾਉਣ ਦੀ ਗੱਲ ਕਰਦਾ ਤਾਂ ਉਹਦੀ ਗੱਲ ਸੁਣਨੀ ਤਾਂ ਕੋਈ ਗੁਨਾਹ ਨਹੀਂ ਹੈਗਾ। ਗੱਲ ਹੀ ਸੁਣੀ, ਸਿਰਫ ਗੱਲ ਸੁਣੀ ਸੀ, ਗੱਲ ਸੁਣੀ ਸੀ, ਤੁਸੀਂ ਚੈੱਕ ਹੀ ਕਰਦੇ ਸੀ ਵੀ ਗੱਲ ਕਿੱਥੋਂ ਤੱਕ ਕਰਦੇ? ਹਾਂ ਬਿਲਕੁਲ ਬਿਲਕੁਲ, ਚੈੱਕ ਹੀ ਚੈੱਕ ਫੇਲ ਹੋ ਗਏ ਸਿਧਾਂਤਕ ਤੌਰ ਦੇ ਉੱਤੇ, ਗੱਲਾਂ ਜਿਹੜੀਆਂ ਹੋਈਆਂ ਉਹਦੇ ਵਿੱਚ ਨਹੀਂ ਨਜ਼ਰ ਆਏ। ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਮਹਾ ਮਿਲਾਵਟ ਵਾਲਾ ਗੱਠਜੋੜ ਕਿਹਾ ਜਾ ਰਿਹਾ ਹੈਗਾ ਜਿੱਥੇ ਵੀ ਗੱਠਜੋੜ ਦੀ ਗੱਲ ਤੁਰਦੀ ਹੈਗੀ ਹੈ। ਸਵਾਲ ਇਹ ਹੈਗਾ, ਭਾਰਤੀ ਜਨਤਾ ਪਾਰਟੀ ਇਹੋ ਜਿਹੇ ਬਿਆਨ ਕਿਉਂ ਦਿੰਦੀ ਆ ਵਾਰ ਵਾਰ? ਭਾਰਤੀ ਜਨਤਾ ਪਾਰਟੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹ ਗੱਲ ਜਦੋਂ ਕਹਿਣ ਕਿ ਅਗਲੇ ਸਾਲ ਆ ਜਿਹੜੇ ਉਹ 5 ਸਾਲਾਂ ਬਾਅਦ ਚੋਣਾਂ ਨਹੀਂ ਹੋਣਗੀਆਂ, ਕੋਈ ਕਹਿੰਦਾ ਕਿ 2050 ਤੱਕ ਚੋਣਾਂ ਨਹੀਂ ਹੋਣਗੀਆਂ, 2024 ਤੱਕ ਚੋਣਾਂ ਨਹੀਂ ਹੋਣ, ਜਦੋਂ ਇਹੋ ਜਿਹੇ ਬਿਆਨ ਹੋਣ ਤਾਂ ਫਿਰ ਇਹ ਵਿਰੋਧੀਆਂ ਨੂੰ ਕਿਉਂ ਨਹੀਂ ਲੱਗਦਾ ਕਿ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈਗਾ? ਜੋ ਵਿਰੋਧੀਆਂ ਨੂੰ ਨਹੀਂ ਲੱਗਦਾ ਤਾਂ ਵਿਰੋਧੀਆਂ ਨੂੰ ਸ਼ਾਇਦ ਇਹ ਵੀ ਨਹੀਂ ਲੱਗਦਾ ਕਿ ਅਸੀਂ ਜਨਤਾ ਦਾ ਮਜ਼ਾਕ ਉਡਾ ਰਹੇ ਹੈਗੇ। ਪਰ ਜਨਤਾ ਜਾਗਰੂਕ ਹੈਗੀ ਆ, ਜਿਹੜੀ ਜਨਤਾ ਜਾਗਰੂਕ ਨਹੀਂ ਹੈਗੀ, ਅਸੀਂ ਬੈਠੇ ਉਹਨਾਂ ਨੂੰ ਜਾਗਰੂਕ ਕਰਨ ਲਈ, ਇਹ ਸਮਝੌਤੇ ਆਪਦੇ ਮਫਾਦਾਂ ਲਈ ਕਰ ਰਹੇ ਹੈਗੇ, ਤੁਹਾਡੇ ਲਈ ਨਹੀਂ ਕਰ ਰਹੇ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਸਵਾਲ ਇੱਕ ਪੁੱਛ ਰਿਹਾ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਕੀ ਮਿਸ਼ਨ 2019 ਦੇ ਗੱਠਜੋੜ ਲਈ ਸਿਆਸੀ ਕੁਰਬਾਨੀ ਦੇਣ ਨੂੰ ਕੀ ਤਿਆਰ ਹੋਵੇਗਾ? ਤਰੁਣ ਸਿੰਘ ਜੀ, ਇਸ ਸੈਗਮੈਂਟ ਦੀ ਸ਼ੁਰੂਆਤ ਮੈਂ ਤੁਹਾਡਾ ਕਰਨਾ ਚਾਹੂੰਗਾ। ਤਰੁਣ ਸਿੰਘ ਜੀ, ਅਕਾਲੀ ਭਾਜਪਾ ਗੱਠਜੋੜ ਪਹਿਲਾਂ ਹੀ ਇੱਥੇ ਹੈਗਾ ਪੰਜਾਬ ਦੇ ਵਿੱਚ, ਆਪ ਅਤੇ ਕਾਂਗਰਸ ਦਾ ਜੇ ਗੱਠਜੋੜ ਹੋ ਗਿਆ, ਸਾਨੂੰ ਤਾਂ ਚਿੰਤਾ ਇਸ ਤਾਰੀ ਹੈ ਸਾਡੇ ਤਾਂ ਗੈਸਟ ਘੱਟ ਜਾਣਗੇ। ਗੈਸਟ ਦੇਖੋ, ਇਹ ਅਸੀਂ ਸ਼ੁਗਲ 'ਚ ਕਈ ਗੱਲਾਂ ਲੈ ਰਹੇ ਹਾਂ। ਮੈਂ ਕਹਿੰਦਾ ਵੀ ਪੰਜਾਬ ਦੇ ਲੋਕਾਂ ਦਾ ਕਿੰਨਾ ਵੱਡਾ ਮਜ਼ਾਕ, ਤੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਦਾ, ਜਿਹਨਾਂ ਵਿਚਾਰਿਆਂ ਨੇ ਜਹਾਜ਼ ਭਰ ਭਰ ਕੇ ਆਏ ਸੀ, ਜਿਹੜੇ ਡਾਲਰ ਦਿੰਦੇ ਰਹੇ, ਪਾਉਂਡ ਦਿੰਦੇ ਰਹੇ, ਯੂਰੋ ਦਿੰਦੇ ਰਹੇ, ਉਹਨਾਂ ਵਿਚਾਰਿਆਂ ਦਾ ਕੀ ਬਣੇਗਾ? ਉਹ ਤੇ ਬੜੇ ਚਿਰ ਦੇ ਪਛਤਾ ਰਹੇ ਹੈ। ਪਰ ਜੇ ਇਹ ਗੱਲ ਹੋ ਗਈ, ਮੈਂ ਤਾਂ ਹੈਰਾਨ ਹੈ ਇਸ ਗੱਲ ਤੋਂ। ਮਹਾ ਪੰਚਾਇਤ ਦੀ ਹੈ, ਲੋਕ ਸਭਾ ਦੀ, ਮੋਦੀ ਨੂੰ ਬਾਹਰ ਰੱਖਣਾ ਹੁਣ? ਇੱਕ ਮਿੰਟ, ਬੀਜੇਪੀ ਪਿਛਲੀ ਜਿਹੜੀ ਸਰਕਾਰ ਜਿਹੜੀ ਹੈਗੀ ਮੌਜੂਦਾ, ਇਹਦੇ ਅੰਦਰ 30 ਪਾਰਟੀਆਂ ਦਾ ਗੱਠਜੋੜ ਹੈ। ਆਪਾਂ ਕਿਸੇ ਨੂੰ ਸੱਤਾ ਤੋਂ ਲਾਉਣ ਲਈ ਜਾਂ ਖੁਦ ਸੱਤਾ ਚ ਆਉਣ ਲਈ ਜੇ ਆਪਣੇ ਤੁਸੀਂ ਉਹਨੂੰ ਕਹਿੰਦੇ ਤੇ ਯਾਰ ਪੀਣਾ ਪੈਂਦਾ ਕਈ ਵਾਰ, ਤੁਸੀਂ ਆਪਣੀ ਜੇ ਅਸੂਲ ਛੱਡ ਦੋਗੇ, ਆਪਣੇ ਅਕੀਦੇ ਛੱਡ ਦੋਗੇ, ਤੁਸੀਂ ਆਪਣੀ ਜ਼ਮੀਰ ਮਾਰ ਲੋਗੇ, ਸਿੱਧਾ ਸ਼ਬਦ ਹੈ। ਮੈਨੂੰ ਇਹ ਦੱਸੋ ਵੀ ਜਿਹੜੀ ਆਮ ਆਦਮੀ, ਮੈਂ ਫਿਰ ਉੱਥੇ ਹੀ ਆ ਜਾਂਦਾ, ਮੈਨੂੰ ਇਹਦਾ ਜਵਾਬ ਦੇ ਦਿਓ ਕਲੀਅਰ। ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਸੱਜਣ ਕੁਮਾਰ ਤੋਂ ਕਲੀਅਰ ਹੋ ਗਿਆ ਵੀ ਕਾਂਗਰਸ ਜਿਹੜੀ ਹੈ ਇਹ ਸਿੱਖਾਂ ਦੀ ਕਾਤਲ ਹੈ, ਜਿਹੜੀ ਵਿਧਾਨ ਸਭਾ 'ਚ ਕਹਿ ਕੇ ਆਈ ਹੈ ਵੀ ਜੇ ਕੈਪਟਨ ਆ ਗਿਆ, ਜੇ ਕਾਂਗਰਸ ਆ ਗਈ ਤਾਂ ਅਕਾਲੀ ਦਲ, ਬਾਦਲ ਅਤੇ ਕਾਂਗਰਸ, ਇਹ ਇੱਕੋ ਸਿੱਕੇ ਦੇ ਦੋ ਪਾਸੇ ਨੇ। ਫਿਰ ਜਦੋਂ ਤੁਸੀਂ ਪਾਰਲੀਮੈਂਟ 'ਚ ਵੋਟ ਪਾਓਗੇ, ਭਾਵੇਂ ਪਾਰਲੀਮੈਂਟ ਦੀ ਵੋਟ ਕਿਹਦੇ ਕੋਲ ਪਾਉਣੀ? ਤੁਸੀਂ ਉਹਨਾਂ ਲੋਕਾਂ ਕੋਲ ਪਾਉਣੀ ਨਾ ਜਿਨ੍ਹਾਂ ਨੂੰ ਕਹੇ ਵੀ ਇਹ ਕਾਤਲ ਨੇ, ਇਹ ਭ੍ਰਿਸ਼ਟ ਨੇ, ਇਹ ਬਹੁਤ ਮਾੜੇ ਨੇ। ਓਕੇ, ਲੋਕਾਂ ਨੇ ਕਾਤਲ ਸਮਝਿਆ ਜਿਹੜਾ ਕਾਂਗਰਸ ਨੂੰ ਵੋਟਾਂ ਪਾਈਆਂ? ਇੱਕ ਮਿੰਟ, ਮੈਨੂੰ ਸਿੱਧੀ ਗੱਲ ਦੱਸੋ, ਹਾਂਜੀ, ਤੁਸੀਂ ਲੋਕਾਂ ਦੀ ਗੱਲ ਕਰਦੇ ਹੋ, ਮੈਂ ਥੋੜਾ ਸਵਾਲ ਸੋਖਾ ਕਰ ਰਿਹਾ ਸੀ, ਮੈਂ ਉਹ ਵੀ ਦੱਸ ਦਿੰਦਾ, ਮੈਂ ਸਵਾਲ ਸੋਖਾ ਕਰ ਦਿੰਦਾ ਥੋੜਾ ਜਿਹਾ। ਤੁਸੀਂ ਸੈਕੂਲਰ ਹੋ? ਬਿਲਕੁਲ। ਕਾਂਗਰਸ ਸੈਕੂਲਰ ਹੈ? ਕਾਂਗਰਸ ਨੇ ਜਿਹੜੇ ਰਾਈਟਸ ਕਰਾਏ ਆ, ਆਈ ਡੋਨਟ ਥਿੰਕ ਸੋ, ਉਹਦੀ ਸੈਕੂਲਰ ਵੈਲਿਊ ਹੈ ਨਹੀਂ। ਫਿਰ ਤੁਸੀਂ ਕਿੰਦੇ ਨਾਲ ਤੁਰੇ ਜਾ ਰਹੇ ਹੋ? ਨਹੀਂ, ਫਿਰ ਤੁਸੀਂ ਕਿੰਦੇ ਨਾਲ ਤੁਰੇ ਜਾ ਰਹੇ ਹੋ? ਮੇਰਾ ਸਵਾਲ ਬੜਾ ਸਿੰਪਲ ਹੈ, ਇੱਕ ਵਾਰ ਤੁਸੀਂ ਕਹਿੰਦੇ ਹੋ ਸੈਕੂਲਰ ਉਹ ਨਹੀਂ ਹੈਗੇ, ਇੱਕ ਵਾਰ ਤੁਸੀਂ ਕਹਿੰਦੇ ਸੈਕੂਲਰ, ਇਹਦਾ ਮਤਲਬ ਤੁਸੀਂ ਆਪਦੀ ਵਿਚਾਰਧਾਰਾ ਮਾਰ ਕੇ ਕਾਂਗਰਸ ਨਾਲ ਜਾ ਰਹੇ ਹੋ? ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਕਹਿ ਰਿਹਾ ਸਾਡਾ ਮੁੱਦਾ ਕੀ ਆ? ਸਾਡਾ ਮੁੱਦਾ ਇਹ ਹੈ ਵੀ ਜਿਹੜੀਆਂ ਕਾਂਗਰਸ ਨੇ ਗਲਤੀਆਂ ਕੀਤੀਆਂ ਉਹ ਹੁਣ ਰਿਪੀਟ ਕੀਤੀਆਂ ਜਾ ਰਹੀਆਂ। ਗਲਤੀਆਂ ਨੂੰ ਮਾਫ਼ ਕਰਕੇ ਜਨਤਾ ਦੀ ਕਚਹਿਰੀ ਚੋਂ ਮਾਫ਼ੀ ਮੰਗਣਾ ਚਾਹੁੰਦੇ ਹੋ? ਮੇਰੀ ਗੱਲ ਸੁਣੋ, ਤੁਸੀਂ
ਮੇਰੇ ਮੂੰਹੋਂ ਲਫ਼ਜ਼ ਨਾ ਕਢਵਾਓ ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਮੈਂ ਕੱਢ ਲਓ ਕੋਈ ਗੱਲ ਨਹੀਂ ਖੁੱਲਾ ਟਾਈਮ ਮੈਂ ਬਾਕੀ ਨੂੰ ਟਾਈਮ ਹੀ ਦਿੰਦਾ ਤੁਹਾਡਾ ਟਾਈਮ ਜਿਹੜਾ ਅਸੀਂ ਸਾਡੀ ਹੈਗੀ ਹੈ ਕਿ ਟੈਕਟੀਕਲ ਡਿਸੀਜਨ ਅਸੀਂ ਇਹ ਲੜਾਈ ਜਿੱਤਣੀ ਆ ਇੱਕ ਮਿੰਟ ਤੁਹਾਡਾ ਨਹੀਂ ਹੈ ਤੁਹਾਡਾ ਟੈਕਟੀਕਲ ਇੱਕ ਮਿੰਟ ਨਹੀਂ ਨਹੀਂ ਕਿ ਜੁੱਡਾ ਮਰਜ਼ੀ ਵੱਡਾ ਦੋਸ਼ ਲਾ ਦਿਓ ਗੱਲ ਕਰ ਜੋੜ ਨਹੀਂ ਹੋਣੀ ਗੱਲ ਇਹ ਹੈ ਤੁਹਾਡਾ ਟੈਕਟੀਕਲ ਤੁਹਾਡਾ ਟੈਕਟੀਕਲ ਡਿਸੀਜਨ ਸਾਨੂੰ ਸਮਝ ਕਿ ਨਹੀਂ ਹੁੰਦਾਗਾ ਜੋ ਤੁਸੀਂ ਵਿਕਰਮ ਜੀ ਤੋਂ ਮਾਫੀ ਮੰਗਦੇ ਹੋ ਉਹ ਵੀ ਤੁਸੀਂ ਕਹਿੰਦੇ ਮੇਰੀ ਗੱਲ ਨਹੀਂ ਸਮਝ ਆਉਂਦੀ ਟੈਕਟੀਕਲ ਡਿਸੀਜਨ ਸਿਰ ਇਹਨਾਂ ਦਾ ਇਹ ਹੈ ਇਹ ਆਪਣੀ ਸਾਖ ਬਚਾਉਣਾ ਚਾਹੁੰਦੇ ਆ ਆਪਣੀ ਹੋਂਦ ਬਚਾਉਣਾ ਚਾਹੁੰਦੇ ਆ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਆਪਣੇ ਆਪ ਹੀ ਖਤਮ ਹੋ ਰਹੀ ਹੈ ਇਹ ਇਕੱਲੇ ਨਹੀਂ ਕਾਂਗਰਸ ਵੀ ਚਾਹੁੰਦੀ ਹੈ ਹੁਣ ਔਰ ਇਹਨਾਂ ਦੀ ਹੋਂਦ ਜਿਹੜੀ ਆ ਆਪਣੇ ਆਪ ਹੀ ਖਤਮ ਹੋ ਰਹੀ ਕਿਉਂਕਿ ਇਹਨਾਂ ਨਾਲ ਦੇ ਬੰਦੇ ਟੁੱਟ ਟੁੱਟ ਕੇ ਜਾ ਰਹੇ ਆਸੇ ਪਾਸੇ ਉਹ ਚਲੋ ਸਾਡੀ ਹੋ ਰਹੀ ਆ ਤੁਹਾਡੀ ਦਿੱਲੀ ਬਚੀ ਕੁਝ ਨਹੀਂ ਜਨਾਬ ਅਸੀਂ ਦਿੱਲੀ ਚ ਰਾਜ ਕਰ ਰਹੇ ਹਾਂ ਹਿੰਦੁਸਤਾਨ ਦੇ ਸਭ ਤੋਂ ਵੱਡੀ ਪਾਰਟੀ ਬਣ ਕੇ ਖੜੇ ਬੈਠੇ ਹਾਂ ਇੱਕ ਮਿੰਟ ਭੁੱਲਰ ਸਾਹਿਬ ਤੁਹਾਡੇ ਲਈ ਇੱਕ ਮਿੰਟ ਭੁੱਲਰ ਸਾਹਿਬ ਡਿਕਟੇਟਰ ਸਾਹਿਬ ਦੀ ਵਾਰ ਵਾਰ ਗੱਲ ਹੋ ਰਹੀ ਹੈ ਭੁੱਲਰ ਸਾਹਿਬ ਕਾਂਗਰਸ ਦੇ ਪਿੱਛੇ ਰਹਿ ਗਈ ਤੁਹਾਡੇ ਲੀਡਰ ਇਹ ਕਿਉਂ ਕਹਿੰਦੇ ਆ ਕਿ 2024 ਦੇ ਵਿੱਚ ਇਲੈਕਸ਼ਨ ਦੀ ਲੋੜ ਨਹੀਂ ਹੈਗੀ 2050 ਤੱਕ ਇਲੈਕਸ਼ਨ ਨਹੀਂ ਹੋਣਗੇ ਐਵੇਂ ਇੱਥੇ ਸੁਖਬੀਰ ਬਾਦਲ ਸਾਹਿਬ ਕਹਿੰਦੇ ਸੀਗੇ 25 ਸਾਲ ਅਕਾਲੀ ਦਲ ਨੇ ਰਾਜ ਕਰਨਾ ਹੈ ਕਿਆ ਇਹ ਕਿਹੋ ਜਿਹੀ ਭਾਸ਼ਾ ਸਿਆਸਤ ਦੇ ਵਿੱਚ ਆਤੀ ਹੈ ਇੰਨਾ ਜ਼ਿਆਦਾ ਤੁਸੀਂ ਲੋਕਤੰਤਰ ਦੇ ਵਿੱਚ ਆਪਦੇ ਆਪ ਨੂੰ ਥੋਪ ਦਿੱਤਾ ਕਿਸੇ ਨੇ ਨਹੀਂ ਥੋਪਿਆ ਹੈਗਾ ਤੇ ਨਤੀਜੇ ਦਾ ਇੰਤਜ਼ਾਰ ਕਰ ਲਓ ਨਾ ਤੁਹਾਨੂੰ ਵੀ ਪਤਾ ਲੱਗ ਜੂ ਤੁਸੀਂ ਕਿਸ ਕਿੰਨੇ ਪਾਣੀ ਚੋਤੇ ਇਹਨਾਂ ਨੂੰ ਪਤਾ ਲੱਗ ਜੂਗਾ ਨਤੀਜੇ ਦਾ ਹਰ ਕਿਸੇ ਨੂੰ ਇੰਤਜ਼ਾਰ ਹੁੰਦਾ ਜਦੋਂ ਤੁਸੀਂ ਕਿਤੇ ਵੀ ਜਾ ਕੇ ਸਟੇਜ 'ਤੇ ਕੋਈ ਭਾਸ਼ਣ ਕਰਦੇ ਹੋ ਤੁਸੀਂ ਇੱਕ ਚੀਜ਼ ਪਹੁੰਚਾਉਂਦੇ ਹੋ ਲੋਕਾਂ ਦੇ ਵਿੱਚ ਕਿ ਦੇਖੋ ਅਸੀਂ ਇੰਨਾ ਵਧੀਆ ਸ਼ਾਸਨ ਦੇ ਰਹੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਅਸੀਂ ਤੁਹਾਨੂੰ ਹੋਰ ਵਧੀਆ ਸ਼ਾਸਨ ਦੇਣਾ ਹੈ ਇਹ ਹਰ ਇੱਕ ਪਾਰਟੀ ਕਰਦੀ ਹੈ ਅੱਜ ਸਟੇਜ 'ਤੇ ਜਾ ਕੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਰਾਸ਼ਟਰਵਾਦ ਇਸ ਤੋਂ ਪਹਿਲਾਂ ਕਿਉਂ ਨਾ ਕਹੀਏ ਇਸ ਤੋਂ ਪਹਿਲਾਂ ਦੇਸ਼ ਨੂੰ ਰਾਸ਼ਟਰਵਾਦ ਹੀ ਨਹੀਂ ਪਤਾ ਰਾਸ਼ਟਰਵਾਦ ਰਾਸ਼ਟਰਵਾਦ ਕੋਈ ਅੱਜ ਨਹੀਂ ਹੀ ਕਹਿਣਾ ਸ਼ੁਰੂ ਕੀਤਾ ਤੁਸੀਂ ਇਸ ਚੀਜ਼ ਨੂੰ ਰਾਸ਼ਟਰਵਾਦ ਦੀ ਗੱਲ ਤੇ ਅਸੀਂ ਪਹਿਲੇ ਦਿਨ ਤੋਂ ਕਰਦੇ ਹਾਂ ਰਾਸ਼ਟਰਵਾਦ ਦੀ ਗੱਲ ਕਰਦੇ ਹੋ ਤੁਸੀਂ ਬਿਲਕੁਲ ਨਹੀਂ ਅਸੀਂ ਹਿੰਦੂ ਰਾਸ਼ਟਰਵਾਦ ਦੀ ਗੱਲ ਨਹੀਂ ਕਰਦੇ ਹਿੰਦੂ ਰਾਸ਼ਟਰਵਾਦ ਕੀ ਹੈ ਅਸੀਂ ਇਹ ਕਹਿੰਦੇ ਕਿ ਜਿਹੜਾ ਸਾਡਾ ਰਾਸ਼ਟਰ ਹੈ ਇਹਦੇ ਲਈ ਤੁਸੀਂ ਸਮਰਪਿਤ ਹੋਣੇ ਚਾਹੁੰਦੇ ਹੋ ਚਾਹੀਦੇ ਹੋ ਇਹਦੇ ਬਾਰੇ ਤੁਸੀਂ ਗੱਲ ਕਰੋ ਇਹ ਨਹੀਂ ਸਮਰਪਿਤ ਕੌਣ ਨਹੀਂ ਹੈਗਾ ਮੈਨੂੰ ਇੱਕ ਚੀਜ਼ ਦੱਸੋ ਵੀ ਜਿੱਥੇ ਦੇਸ਼ ਦੇ ਟੁਕੜੇ ਹੋਣ ਦੇ ਨਾਰੇ ਲੱਗਦੇ ਹੋਣ ਜਿੱਥੇ ਦੇਸ਼ ਦੀ ਵੰਡ ਦੇ ਨਾਰੇ ਲੱਗਦੇ ਹੋਣ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲੱਗਦੇ ਹੋਣ ਤੇ ਉੱਥੇ ਸਾਡੇ ਨਾਲ ਦੇ ਮੇਰੇ ਪ੍ਰਵਕਤਾ ਬੈਠੇ ਨੇ ਕਾਂਗਰਸ ਦੇ ਇਹਨਾਂ ਦੇ ਪ੍ਰਧਾਨ ਉੱਥੇ ਜਾ ਕੇ ਉਹਨਾਂ ਨਾਲ ਸੇਹ ਸਾਂਝੀ ਕਰ ਮੈਂ ਪਾਕਿਸਤਾਨ ਦੇ ਇਹ ਲੋਕਾਂ ਦੇ ਪਾਕਿਸਤਾਨ ਜਾਂਦੇ ਜਿੰਦਾਬਾਦ ਦੇ ਨਾਰੇ ਇਹ ਰਾਸ਼ਟਰਵਾਦ ਤੁਸੀਂ ਉਹਨਾਂ ਲੋਕਾਂ ਨੂੰ ਰਾਸ਼ਟਰਵਾਦੀ ਕਹੋਗੇ ਤੁਸੀਂ ਸਾਨੂੰ ਇਹਨਾਂ ਭਾਜਪਾ ਵਾਲਿਆਂ ਤੋਂ ਇੱਕ ਥੋੜਾ ਜਿਹਾ ਉਧਰ ਨੂੰ ਹੱਥ ਰੱਖ ਕੇ ਧੱਕੇ ਨਾ ਮਾਰੋ ਤੁਸੀਂ ਲੋੜ ਨਹੀਂ ਹੈ ਦੇਸ਼ ਭਗਤੀ ਦਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦਾ ਵਿਰੋਧ ਕੀਤਾ ਤੁਸੀਂ ਉਹ ਜਿਹੜੇ ਤੁਸੀਂ ਉਹ ਜਿਨ੍ਹਾਂ ਨੇ ਕਤਲੇਆਮ ਕੀਤਾ ਸਿੱਖਾਂ ਦਾ ਅੰਗਰੇਜ਼ਾਂ ਲਿਖ ਕੇ ਦੇ ਕੇ ਮਾਫੀ ਤੁਸੀਂ ਉਹ ਜਿਹੜੇ ਦੇਸ਼ ਦੀ ਵੰਡ ਕੀਤੀ ਹੈ ਸਰਕਾਰ ਮਾਫੀ ਮੰਗ ਕੇ ਆਏ ਜਿਹੜੇ ਦੇਸ਼ ਦੀ ਵੰਡ ਕੀਤੀ ਹੈ ਮੈਂ ਆਜ਼ਾਦੀ ਨਹੀਂ ਦਿੰਦਾ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਉਹਨੂੰ ਖਤਮ ਕਰਦਾ ਤੁਸੀਂ ਮੈਨੂੰ ਮਾਫ ਕਰੋ ਮੈਂ ਭਗਤ ਸਿੰਘ ਵਰਗਿਆਂ ਨੂੰ ਇਹ ਨਹੀਂ ਸੁਭਾਸ਼ ਚੰਦਰ ਬੋਸ ਵਰਗਿਆਂ ਨੂੰ ਖਤਮ ਕਰਕੇ ਰੱਖਤਾ ਇੱਕ ਮਿੰਟ ਸਭ ਕੁਝ ਇੰਗਲੈਂਡ ਨੇ ਕੀਤਾ ਔਰ ਸਭ ਕੁਝ ਇਹਨੂੰ ਨਹੀਂ ਕੀਤਾ ਇੱਕ ਮਿੰਟ ਪਲੀਜ਼ ਇੱਕ ਮਿੰਟ ਇੱਕ ਮਿੰਟ ਪਲੀਜ਼ ਕਰਨੈਲ ਸੇ ਪੀਰ ਉਮਰ ਕਰਨੈਲ ਸੇ ਪੀਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਤੁਸੀਂ ਇੱਕ ਵੱਖਰੀ ਪਾਰਟੀ ਬਣਾਈ ਤੁਸੀਂ ਫਿਰ ਉਹਨਾਂ ਪਾਰਟੀਆਂ ਨਾਲ ਹੀ ਰਲਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਜਿਹੜੀਆਂ ਪਾਰਟੀਆਂ ਪਹਿਲਾਂ ਹੀ ਆਪਦੇ ਆਪਦੇ ਜੰਡੇ ਦੇਖੋ ਹੁਣ ਕਾਂਗਰਸ ਨਾਲ ਸਮਝੌਤਾ ਕਰ ਲੈਂਦੇ ਜਾਂ ਕਿ ਬੀਜੇਪੀ ਨਾਲ ਕਰ ਲੈਂਦੇ ਜਿਹੜੀਆਂ ਪਾਰਟੀਆਂ ਵੇਖੋ ਅਸੀਂ ਇਹਨਾਂ ਨੂੰ ਇੱਕ ਗੱਲ ਤਾਂ ਪਹਿਲਾਂ ਖਹਿਰਾ ਸਾਹਿਬ ਨੂੰ ਬੈਂਸ ਬ੍ਰਦਰ ਜੀ ਨੂੰ ਔਰ ਗਾਂਧੀ ਜੀ ਨੂੰ ਸਮਝਾਈ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਸ਼ਾਖ ਹੋ ਅੱਜ ਟਿਲ ਡੇਟ ਤੱਕ ਤੁਸੀਂ MLA ਤੋਂ ਅਸਤੀਫਾ ਦਿੱਤਾ ਪਰ ਤੁਹਾਡਾ ਤੁਸੀਂ ਦਿੱਤਾ ਨੀਗਾ ਤੇ ਨਾ ਤੁਹਾਨੂੰ ਉਹਦੇ ਚ ਉਹਨਾਂ ਨੇ ਡਿਸਕੁਆਲੀਫਾਈ ਕੀਤਾ ਅਜੇ ਤੱਕ ਇਸ ਕਰਕੇ ਤੁਸੀਂ 5 ਪਾਰਟੀਆਂ ਬਣਾ ਕੇ ਸਾਡੇ ਕੋਲੋਂ 5 2-2 ਸੀਟਾਂ ਵੰਡ ਕੇ ਤੇ ਸਾਡੇ ਲਈ ਤੁਸੀਂ 2 ਸੀਟਾਂ ਵੀ ਨਹੀਂ ਛੱਡਣ ਲਈ ਤਿਆਰ ਕਿ ਇਹ ਇਹੋ ਜਿਹੀ ਰਾਜਨੀਤੀ ਠੀਕ ਨਹੀਂ ਹੈਗੀ ਉਹਨਾਂ ਨਾਲੋਂ ਸਮਝੌਤਾ ਟੁੱਟਾ ਫਿਰ ਆਮ ਆਦਮੀ ਪਾਰਟੀ ਨਾਲ ਅਸੀਂ ਇਹੋ ਗੱਲ ਕੀਤੀ ਕਿ ਤੁਸੀਂ ਸਭ ਤੋਂ ਪਹਿਲਾਂ ਹਾਈ ਕਮਾਂਡ ਤੋਂ ਆਜ਼ਾਦ ਹੈਗੇ ਹੋ ਜਿਹੜੀ ਗੱਲ ਕਹਿ ਕੇ ਖਹਿਰਾ ਸਾਹਿਬ ਤੁਹਾਡੇ 'ਚੋਂ ਬਾਹਰ ਆਏ ਨੇ ਕਿ ਤੁਹਾਨੂੰ ਜਮਹੂਰੀ ਹੱਕ ਹੈਗਾ ਕਿ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਕਰ ਸਕਦੇ ਹੋ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਕੋਲ ਹੱਕ ਹੈਗਾ ਅਸੀਂ ਕਿਹਾ ਕਿ ਆਹ ਜਿਹੜੇ ਟਵੀਟ ਆ ਰਹੇ ਨੇ ਉਹ ਕਹਿੰਦੇ ਕੇਜਰੀਵਾਲ ਸਾਹਿਬ ਕਰ ਰਹੇ ਨੇ ਅਸੀਂ ਆਖਿਆ ਕਿ ਜੇ ਉਹ ਕਰ ਰਹੇ ਨੇ ਪਹਿਲਾਂ ਇਹ ਗੱਲ ਕਲੀਅਰ ਕਰ ਲਓ ਅਜੇ 2 ਮਹੀਨੇ ਇਲੈਕਸ਼ਨ ਦੇ ਵਿੱਚ ਪਏ ਨੇ ਅਸੀਂ ਅੱਜ ਵੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਤੀਜਾ ਬਦਲ ਦੇਣਾ ਚਾਹੁੰਦੇ ਹਾਂ ਕਾਂਗਰਸ ਅਕਾਲੀ ਦਲ ਬਾਦਲ ਅਤੇ BJP ਤੋਂ ਮੁਕਤ ਇੱਕ ਤੀਜਾ ਫਰੰਟ ਪੰਜਾਬ ਦੇ ਲੋਕ ਚਾਹੁੰਦੇ ਸੀ ਇੱਕ ਸਵਾਲ ਬੜਾ ਇੰਪੋਰਟੈਂਟ ਹੈਗਾ ਇਸ ਸਵਾਲ ਦਾ ਜਵਾਬ ਤੁਸੀਂ ਪਹਿਲਾਂ ਕਦੇ ਵੀ ਨਹੀਂ ਦਿੱਤਾ ਹਾਂ ਸਵਾਲ ਇਹ ਹੈਗਾ ਤੁਸੀਂ ਆਪਦੇ ਆਪ ਨੂੰ ਇੱਕ ਵੱਡੀ ਧਿਰ ਵਜੋਂ ਕਿਉਂ ਪੇਸ਼ ਕਰ ਰਹੇ ਹੋ ਤੁਸੀਂ ਅਕਾਲੀ ਦਲ ਨੂੰ ਟੁੱਟ ਕੇ ਆਏ ਹੋ ਤੁਸੀਂ ਸਾਰੀਆਂ ਪਾਰਟੀਆਂ ਜਿਹਨਾਂ ਨਾਲ ਤੁਸੀਂ ਗੱਲ ਤੋਰਦੇ ਹੋ ਤੁਸੀਂ ਆਪਦੇ ਆਪ ਨੂੰ ਵੱਡੀ ਧਿਰ ਵਜੋਂ ਕਿਉਂ ਪੇਸ਼ ਕਰ
सरदार सिमरजीत सिंह मान, अतिंदरपाल सिंह, बीबी रजिंदर कौर बलारा, भाई ध्यान सिंह मंड, ये सारे ब्रह्मपुरा साहब की अगवाई दे विच जिते सी। नरिंदर शेरगिल की कुर्बानी दी जा सकती, असीं गल कर रहे राहुल गांधी प्रधानमंत्री अहुदे की कुर्बानी दे दिण, किहो जी गल कर रहे असीं? इह तां ना कहना कुछ ते करना कुछ वाली गल है, तुसीं बिलकुल ठीक कहिंदे जे। पंजाब च जिन्नियां विरोधी धिर ने अकाली दल बीजेपी कांग्रेस नूं छड़ के आप है अपना गांधी आ गया पीडीए जिहड़ी बनी है टकसाली दल आ, मतलब भी ये तो इन्हां नूं मन नहीं लैना चाहिए ना भी इन्हां दा उन्ना आधार नहीं सी। जिवें मैं तो बड़ा कहिंदा ना भी अज 71 दिन होए है सुखपाल खहरा दी पार्टी नूं बणिया, इस तरह जिहड़े डॉक्टर धर्मवीर गांधी उन्हां दी अज तक कोई सियासी पार्टी कोई नहीं गी, बैंस भरावां दी 17 च बनी सी पार्टी, और बी एस पी है सी पी आई है जिमें टकसाली बैठे ने, मतलब इन्हां दी असफलता है भी जे इन्ने दुखी ने, जे समझदे भी कांग्रेस आ तिन्ने जमातां बहुत माड़ियां ने ते 13 टिकटां वंड के इकट्ठे ही नहीं हो सके, और हाले इन्हां सारयां नूं पता है भी साडी समर्था नहीं गी असीं कल्लियां कल्लियां जित सकांगे, और चांस लगते भी जैर वड्डे पद्धर ते जमानतां भी जब्त होणगियां। सो पंजाब दा ये भी मैं कहना जी ये सारियां धिरां भी इकट्ठियां हो जांदियां, घट्टो घट पंजाब दे लोकां नूं ये सुकून मिलना सी भी एक धिर साडी गल करन वाली बैठी, मेरा ख्याल ओह वी गल जिहड़ी है नहीं कर सकदी, यानी कि निजी मुफादा ते सब कुछ फसा। बिल्कुल, चलो बहुत धन्यवाद तलविंदर सिंह जी तुहाडा, भुल्लर साहब तुहाडा, स्वैस साहब तुहाडा, कैप्टन बिक्रम जी तुहाडा, बहुत उहनां कन्नासे पीर मोह तुहाडा बहुत धन्यवाद। गठजोड़ की गरारी कित्थे फसी, अ सवाल एको पुछिया सीगा ते इको जवाब दिंदा हैगा, गठजोड़ की गरारी कुर्सी ते फसी है। बहुत धन्यवाद।